ਡੁੱਬਦੇ ਬੇੜਿਆਂ ਨੂੰ ਬੰਨੇ ਲਾਉਣ ਹਾਰੇ ਸ਼ਹੀਦ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਭਜਨ ਬੰਦਗੀ ਤਪ ਅਸਥਾਨ ਗੁਰਦੁਆਰਾ ਸ੍ਰੀ ਭੋਰਾ ਸਾਹਿਬ ਜੀ ਪਾਤਸ਼ਾਹੀ ਨੌਵੀਂ ਵਿਖੇ ਸਾਹਿਬਾਂ ਦੇ ਪਾਵਨ ਦਰਬਾਰਾਂ ਦੇ ਵਿੱਚ ਪਿਛਲੇ ਪੈਰ ਦੇ ਸਮੇਂ ਦੇ ਸਜੇ ਹੋਏ ਦੀਵਾਨਾਂ 'ਚ ਹਾਜ਼ਰੀਆਂ ਭਰ ਰਹੇ ਦਰਸ਼ਨ ਦਿਦਾਰੇ ਗੁਰਸਥਾਨਾਂ 'ਤੇ ਸੇਵਾ ਕਰਕੇ ਯਾਤਰਾ ਕਰਕੇ ਜੀਵਨ ਸਫਲ ਬਣਾ ਰਹੇ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ ਵੱਡੇ ਭਾਗ ਹਨ ਜੋ ਸਾਨੂੰ ਇਸ ਭਾਗ ਸਮਾਂ ਮਿਲਿਆ ਏ। ਚੱਲ ਰਹੀ ਲੜੀਵਾਰ ਗੁਰੂ ਇਤਿਹਾਸ ਦੀ ਕਥਾ ਜਿਸ ਦੇ ਅੰਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਦੇ ਪ੍ਰਸੰਗ ਆਪਾਂ ਸੁਣਾ ਰਹੇ ਹਾਂ। ਪਿਛਲੇ ਸਮੇਂ 'ਚ ਪ੍ਰਸੰਗ ਸਰਵਣ ਕੀਤਾ ਹੈ ਵੀ ਖਾਨ ਖਾਨਾ ਜੋ ਆਗਰੇ ਦਾ ਨਿਵਾਸੀ ਪਠਾਣ ਇਹ ਕਲਗੀਧਰ ਮਹਾਰਾਜ ਸਾਹਿਬ ਜੀ ਦਾ ਸੇਵਕ ਬਣਿਆ ਏ। ਸਤਿਗੁਰਾਂ ਤੋਂ ਬਾਅਦ ਵੀ ਬੜਾ ਲੰਮਾ ਸਮਾਂ ਇਹ ਗੁਰੂ ਪੰਥ ਦੀ ਵੀ ਸੇਵਾ ਕਰਦੇ ਰਹੇ। ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਤੀਕਰ ਇਹਨਾਂ ਦਾ ਪਰਿਵਾਰ ਸੇਵਾ ਕਰਦਾ ਰਿਹਾ। ਇਹਨੇ ਆਪਣੀ ਸਭਾ ਦੇ ਵਿੱਚ ਆਪਣੇ ਘਰ ਮਹਾਰਾਜ ਦੇ ਚਰਨ ਪਵਾਏ, ਸਾਰਿਆਂ ਨੇ ਗੁਰੂ ਸਾਹਿਬ ਦਾ ਜਿੱਥੇ ਜਸ ਕੀਤਾ। ਇੱਕ ਸੱਯਦ ਸੂਬੇ ਸਰਹੰਦ ਦਾ ਕੋਈ ਨਜ਼ਦੀਕੀ, ਉਹ ਵੀ ਸਭਾ ਵਿੱਚ ਬੈਠਾ ਸੀ, ਮਹਾਰਾਜ ਨੂੰ ਵੇਖ ਕੇ ਬੜਾ ਈਰਖਾ 'ਚ ਸੜਿਆ। ਕਹਿੰਦਾ, ਮਹਾਰਾਜ, ਸਾਰਿਆਂ ਦੇ ਕੋਲੋਂ ਤੁਸੀਂ ਆਪਣੀ ਪੂਜਾ ਕਰਾਉਂਦੇ ਹੋ, ਹਿੰਦੂ ਤੁਹਾਨੂੰ ਆਪਣਾ ਪੀਰ ਮੰਨਦੇ ਹੈ, ਸਿੱਖ ਗੁਰੂ ਮੰਨਦੇ ਹੈ, ਤੁਹਾਡੇ 'ਚ ਕੋਈ ਕਰਾਮਾਤ ਹੈ? ਸਾਹਿਬ ਕਹਿੰਦੇ, ਹੈਗੀ ਤਾਂ ਹੈ ਕਰਾਮਾਤ, ਬਾਦਸ਼ਾਹ ਤੁਹਾਡੇ ਬਹਾਦਰ ਸ਼ਾਹ ਨੂੰ ਦਿੱਤੀ, ਉਹਦੀ ਜ਼ਬਾਨ 'ਚ ਕਰਾਮਾਤ ਹੀ ਹੈ, ਜਿਹਨੂੰ ਮਰਜ਼ੀ ਅਮੀਰ ਕਰਦੇ, ਜਿਹਨੂੰ ਮਰਜ਼ੀ ਗਰੀਬ ਕਰਦੇ। ਕਹਿੰਦਾ, ਨਹੀਂ ਮਹਾਰਾਜ, ਤੁਹਾਡੇ ਕੋਈ ਹੋਵੇ ਤੁਸੀਂ ਦੱਸੋ। ਮੋਹਰਾਂ ਕੱਢ ਕੇ ਕਹਿੰਦੇ, ਆਹ ਵੀ ਕਰਾਮਾਤ ਹੈ, ਇਹਦੇ ਨਾਲ ਜਿਹੜਾ ਮਰਜ਼ੀ ਕੋਈ ਚਮਤਕਾਰ ਕਰਕੇ ਵਿਖਾ ਸਕਦੇ ਹਾਂ। ਕਹਿਣ ਲੱਗਾ, ਇਹ ਤਾਂ ਮਾਇਆ ਦੇ ਬਹੁਤ ਲੋਕਾਂ ਕੋ, ਤੁਹਾਡੇ ਕੋਲ ਕੀ ਹੈ? ਮਹਾਰਾਜ ਨੇ ਸਲਾਹ ਕਰਦੀ ਸ੍ਰੀ ਸਾਹਿਬ ਮਿਆਨ 'ਚੋਂ ਕੱਢੀ। ਕਹਿੰਦੇ, ਜੇ ਵੇਖਣਾ ਚਾਹੁੰਦਾ ਏ ਤਾਂ ਸੱਯਦ ਮੁਸਲਮਾਨ ਫਕੀਰ, ਆਹ ਵੀ ਇੱਕ ਕਰਾਮਾਤ ਹੀ ਹੈ। ਅਤੇ ਮਹਾਰਾਜ ਕਹਿੰਦੇ, ਵਿਖਾਈਏ ਤੈਨੂੰ, ਤੇਰਾ ਦਵਾਣੇ ਵਰਗਾ ਸਿਰ ਇੱਦਾਂ ਵੱਢ ਕੇ ਸੁੱਟਾਂਗੇ ਜਿਵੇਂ ਟਹਿਣੀ 'ਤੇ ਪੱਕਿਆ ਫਲ ਡਿੱਗਦਾ ਹੈ, ਮਾੜਾ ਜਿਹਾ ਟਹਿਣਾ ਮਾਰਿਆ ਰੁੱਖ ਤੋਂ, ਨਾ ਫਿਰ ਕੋਈ ਸਵਾਲ ਰਹੂਗਾ, ਨਾ ਤੇਰਾ ਕੋਈ ਜਵਾਬ ਰਹੇਗਾ। ਗੁਰੂ ਸਾਹਿਬ ਦੇ ਵੀਰ ਅਸੀਂ ਬਚਨ ਸੁਣ ਕੇ ਇਹਦੀ ਨੀਵੀਂ ਪੈ ਗਈ, ਫਿਰ ਨਹੀਂ ਕੁਝ ਬੋਲਿਆ। ਮਹਾਰਾਜ ਆਪਣੇ ਡੇਰੇ ਆ ਗਏ। ਇੱਥੇ ਕੁਝ ਪਠਾਣ ਇਕੱਠੇ ਹੋ ਕੇ ਆਏ ਸੀ ਮਹਾਰਾਜ, ਕਿਉਂਕਿ ਤੁਸੀਂ ਸਾਡੇ ਬਜ਼ੁਰਗ ਜੰਗ ਵਿੱਚ ਮਾਰੇ ਹੈ, ਉਹਨਾਂ ਦਾ ਸਾਨੂੰ ਮੁਆਵਜ਼ਾ ਦਿਓ। ਅਤੇ ਮਹਾਰਾਜ ਸਾਹਿਬ ਜੀ ਨੇ ਕਿਹਾ ਵੀ ਜੰਗ ਦੇ ਵਿੱਚ ਤੁਸੀਂ ਚੜ੍ਹ ਕੇ ਆਏ ਹੋ, ਅਸੀਂ ਤੁਹਾਡੇ 'ਤੇ ਚੜ੍ਹ ਕੇ ਨਹੀਂ ਸੀ ਗਏ, ਅਤੇ ਜਦੋਂ ਜੰਗ ਕਰਨ ਦੇ ਲਈ ਆਓਗੇ, ਹੁਣ ਫੁੱਲਾਂ ਦੇ ਹਾਰ 'ਤੇ ਨਹੀਂ ਗੱਲ ਵਿੱਚ ਪਾਵਾਂਗੇ। ਅੱਗੋਂ ਇੱਦਾਂ ਸ਼ਸਤਰ ਚੱਲਣੇ ਸੀ ਅਤੇ ਮਾਰੇ ਗਏ। ਇਹਨਾਂ ਕਾਜੀ ਕੋ ਫਤਵਾ ਲਿਖਾ ਲਿਆ ਏ, ਮਹਾਰਾਜ ਹੁਣ ਤਾਂ ਦਓਗੇ? ਸਾਹਿਬਾਂ ਨੇ ਪਾੜ ਕੇ ਵਗਾਹ ਕੇ ਮਾਰਿਆ। ਕਹਿੰਦੇ, ਜਾ ਕਾਜੀ ਨੂੰ ਕਹਿ ਪਹਿਲਾਂ ਆਪਣਾ ਘਰ ਸੰਭਾਲ। ਇਹ ਸੜਿਆ ਬਲਿਆ ਇਹਦਾ ਜ਼ੋਰ 'ਤੇ ਚੱਲਿਆ ਨਾ, ਬਹਾਦਰ ਸ਼ਾਹ ਕੋ ਚਲਾ ਗਿਆ ਸ਼ਿਕਾਇਤ ਕਰਨ। ਕਹਿੰਦਾ ਵੀ ਗੁਰੂ ਕਲਗੀਧਰ ਨੇ ਇਸਲਾਮ ਦੀ ਤੁਹੀਨ ਕਰਤੀ ਹੈ, ਮੇਰਾ ਲਿਖਿਆ ਫਤਵਾ ਬਦਾ, ਮੇਰਾ ਲਿਖਿਆ ਹੋਇਆ ਫਤਵਾ ਪਾੜਤਾ, ਮੇਰਾ ਲਿਖਿਆ ਇਲਾਮ ਦਾ ਕਾਗਜ਼ ਪਾੜਤਾ, ਉਲਟਾ ਬਾਦਸ਼ਾਹ ਇਹਨੂੰ ਪੈ ਗਿਆ। ਕਹਿੰਦਾ, ਤੂੰ ਕੌਣ ਹੁੰਦਾ ਹੈ ਗੁਰੂ ਕਲਗੀਧਰ ਜੀ ਨੂੰ ਫਤਵੇ ਜਾਰੀ ਕਰਨ ਵਾਲਾ? ਉਹਦੇ ਅੱਲਾਹ ਦਾ ਇਲਾਹੀ ਨੂਰ ਨੇ, ਖੁਦਾ ਦੀ ਜਾਤ ਦੇ ਬੰਦੇ ਨੇ। ਜਾ ਕਾਜੀ, ਤੇਰੇ ਕਾਜੀ ਦੇ ਅਹੁਦੇ ਤੋਂ ਤੈਨੂੰ ਡਿਸਮਿਸ ਕੀਤਾ ਸੀ, ਨਵਾਂ ਕਾਜੀ ਰੱਖ ਲਾਂਗੇ, ਉਹਨਾਂ ਅੱਗੇ ਦੇ ਨਮਸਕਾਰ ਕਰਨੀ ਬਣਦੀ ਹੈ। ਇੱਦਾਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਜੀਵਨ ਦੇ ਕੌਤਕਾਂ ਦੇ ਪ੍ਰਸੰਗ ਆਪਾਂ ਸਰਵਣ ਕੀਤੇ ਹਨ। ਆਓ ਇਸ ਤੋਂ ਅੱਗੇ, ਜਿਵੇਂ ਮਹਾਰਾਜ ਜੀ ਜੈਪੁਰ ਦੇ ਰਾਜੇ ਦੇ ਨਾਲ ਪ੍ਰਸੰਗ ਕਰਦੇ ਆ, ਜਿਵੇਂ ਬਹਾਦਰ ਸ਼ਾਹ ਦੇ ਮਨ 'ਚ ਵਿਕਾਰ ਆਇਆ, ਉਹ ਵਿਕਾਰ ਦੂਰ ਕਰਨ ਦੇ ਲਈ ਜਿਵੇਂ ਮਹਾਰਾਜ ਜੀ ਇੱਕ ਜੁਗਤੀ ਵਰਤਦੇ ਆ, ਇਹ ਪ੍ਰਸੰਗ ਆਪਾਂ ਸਰਵਣ ਕਰਾਂਗੇ। ਹਾਜ਼ਰੀ ਲਵਾਓ, ਰਸਨਾ ਕਰੋ, ਪਵਿੱਤਰ ਸਾਰੀ ਸੰਗਤ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਜਾ ਇੱਕ ਜੈ ਸਿੰਘ ਸਵਾਈ। ਜਦੋਂ ਬਹਾਦਰ ਸ਼ਾਹ ਦੀ ਸਭਾ ਦੇ ਵਿੱਚ ਕਾਜ਼ੀ ਸ਼ਿਕਾਇਤ ਕਰਨ ਗਿਆ ਨਾ, ਉਹਨੇ ਉਲਟਾ ਕਾਜ਼ੀ ਨੂੰ ਦਬਕੇ ਮਾਰੇ ਵੀ ਤੂੰ ਖੁਦਾ ਦੇ ਸਰੂਪ ਕਲਗੀਧਰ ਤੇ ਜਿਨ੍ਹਾਂ ਦੇ ਅੱਗੇ ਮੱਥਾ ਟੇਕਣਾ ਬਣਦਾ, ਜਿਨ੍ਹਾਂ ਦੇ ਘਰੋਂ ਉਹਨਾਂ ਦੇ ਸੇਵਾਦਾਰਾਂ ਦੇ ਕੋਲੋਂ ਵੀ ਪਾਤਸ਼ਾਹੀਆਂ ਮਿਲਦੀਆਂ, ਉਹਨਾਂ ਦੇ ਫਤਵਾ ਕਿਵੇਂ ਜਾਰੀ ਕਰ? ਵੀ ਮਹਾਰਾਜ ਦੇ ਰੱਬ ਦਾ ਰੂਪ ਹੈ। ਇਵੇਂ ਸਾਹਿਬਾਂ ਦੀ ਮਹਿਮਾ ਬਹਾਦਰ ਸ਼ਾਹ ਬਾਦਸ਼ਾਹ ਦੇ ਕੋਲੋਂ ਜਦੋਂ ਸੁਣੀ ਅਤੇ ਕਾਜ਼ੀ ਨੂੰ ਭਜਾ ਦਿੱਤਾ। ਬਾਦਸ਼ਾਹ ਨੇ ਵੀ ਜਾ ਆਪਣਾ ਘਰ ਜਾ ਕੇ ਕੰਮ ਕਰ। ਇਹ ਮਹਾਰਾਜ ਦੀ ਸ਼ੋਭਾ ਦੋ ਰਾਜਿਆਂ ਨੇ ਵੀ ਸੁਣੀ। ਉਹ ਬਹਾਦਰ ਸ਼ਾਹ ਦੀ ਫੌਜ ਦੇ ਵਿੱਚ ਹੀ ਉਸ ਵੇਲੇ ਨਾਲ ਆਏ ਸੀ, ਜਿਨ੍ਹਾਂ ਦੇ ਵਿੱਚੋਂ ਇੱਕ ਰਾਜਾ ਜੈ ਸਿੰਘ ਸਵਾਈ। ਇਹ ਜੈ ਸਿੰਘ ਰਾਜਾ ਜਿਹੜਾ ਸਵਾਈ ਹੈ, ਇਹ ਵੀ ਉੱਥੇ ਬੈਠਾ ਸੀ। ਇਹਦੇ ਨਾਲ ਇੱਕ ਹੋਰ ਰਾਜਾ ਸੀ ਅਜੀਤ ਸਿੰਘ, ਇਹਦੇ ਕੋਲ ਵੀ ਚੰਗਾ ਰਾਜ ਹੈ। ਅਤੇ ਦੋਵੇਂ ਹੀ ਰਾਜੇ ਜਿਹੜੇ ਹੈ ਬਹਾਦਰ ਸ਼ਾਹ ਵੱਲੋਂ ਹੋ ਕੇ ਅਤੇ ਤਾਰਾ ਆਜਮ ਨਾਲ ਜੰਗ ਦੇ ਵਿੱਚ ਲੜੇ ਸਨ। ਬਹਾਦਰ ਸ਼ਾਹ ਦੀਆਂ ਫੌਜਾਂ ਦੇ ਨਾਲ ਆਏ, ਆਗਰੇ ਦੇ ਵੀ ਇੱਥੇ ਹੀ ਉਤਰੇ ਸੀ ਅਤੇ ਸਭਾ ਵਿੱਚ ਬੈਠੇ ਸੀ। ਜਦੋਂ ਬਹਾਦਰ ਸ਼ਾਹ ਦੇ ਮੂੰਹ ਤੋਂ ਮਹਾਰਾਜ ਦੀਆਂ ਸਿਫਤਾਂ ਸੁਣੀਆਂ, ਮਹਾਰਾਜ ਦਾ ਜਸ ਬਹਾਦਰ ਸ਼ਾਹ ਬਾਦਸ਼ਾਹ ਦੇ ਕੋਲੋਂ ਸੁਣਦੇ ਆ ਵੀ ਉਹਦੇ ਖੁਦਾ ਦਾ ਰੂਪ ਹਨ। ਇਹਨਾਂ ਦੇ ਮਨ ਵਿੱਚ ਬੜਾ ਚਾਅ ਪੈਦਾ ਹੋਇਆ ਵੀ ਬਾਦਸ਼ਾਹ ਜਿਹਨਾਂ ਸਤਿਗੁਰਾਂ ਦੀ ਮਹਿਮਾ ਕਰ ਰਿਹਾ ਵੀ ਸਾਨੂੰ ਵੀ ਦਰਸ਼ਨ ਕਰਨੇ ਚਾਹੀਦੇ, ਵੀ ਕਹਿੰਦੇ ਉਹ ਆਗਰੇ ਉਤਰੇ ਨੇ। ਇੱਦਾਂ ਦੀ ਭਾਵਨਾ ਲੈ ਕੇ ਗੁਰਾਂ ਦੀ ਸੋਭਾ ਸੁਣ ਕੇ, ਜਿਵੇਂ ਆਮ ਹੀ ਪੜ੍ਹਦੇ ਹੁੰਦੇ ਸੀ, ਮੈਂ ਸੋਭਾ ਸੁਣ ਕੇ ਆਇਆ ਵੀ ਮਹਾਰਾਜ ਮੈਂ ਤੁਹਾਡੀ ਸੋਭਾ ਸੁਣ ਕੇ ਤੁਹਾਡੇ ਦਰ 'ਤੇ ਆਇਆ। ਇਹ ਕਲਗੀਧਰ ਦੀ ਸੋਭਾ ਸੁਣ ਕੇ ਅਤੇ ਆਗਰੇ ਦੇ ਵਿੱਚ ਜਿੱਥੇ ਬਾਰ ਬਾਰ ਗੁਰਾਂ ਦਾ ਡੇਰਾ ਹੈ ਉੱਥੇ ਚੱਲ ਕੇ ਆਏ ਪਿਆਰ ਸਹਿਤ। ਮਹਾਰਾਜ ਦਾ ਜਸ ਸੁਣ ਕੇ ਅਤੇ ਇਹਨਾਂ ਦੇ ਮਨ ਵਿੱਚ ਖਾਸ ਜਾਗੀ ਵੀ ਕਲਗੀਧਰ ਜੀ ਨੂੰ ਮਿਲੀਏ, ਸਾਹਿਬਾਂ ਦੇ ਦਰਸ਼ਨ ਕਰੀਏ। ਦੋ ਘੋੜੇ ਇੱਕ ਘੋੜਾ ਦੋਵੇਂ ਰਾਜੇ ਆਪੋ ਆਪਣੇ ਵੱਲੋਂ ਅਤੇ ਹੋਰ ਵੀ ਕਈ ਭੇਟਾਵਾਂ ਮਹਾਰਾਜ ਜੀ ਨੂੰ ਅਰਪਣ ਕਰਨ ਵਾਸਤੇ ਲਿਆ। ਇਹਨਾਂ ਨੂੰ ਪਤਾ ਸੀ ਵੀ ਘੋੜਿਆਂ ਦੇ ਅਤੇ ਸ਼ਸਤਰਾਂ ਦੇ ਮਹਾਰਾਜ ਬੜੇ ਖੁਸ਼ ਹੁੰਦੇ ਹਨ। ਇਹਨਾਂ ਦੋਵਾਂ ਰਾਜਿਆਂ ਦੇ ਨਾਲ ਹੋਰ ਵੀ ਸੂਰਮਿਆਂ ਦੀ ਭੀੜ ਹੈ, ਆਪਣੀ ਫੌਜ ਦੇ ਵਿੱਚੋਂ ਕੁਝ ਜਵਾਨ ਲੈ ਕੇ ਆਏ। ਚੱਲਦਿਆਂ ਹੋਇਆ ਉੱਥੇ ਪਹੁੰਚੇ ਜਿੱਥੇ ਗੁਰੂ ਕਲਗੀਧਰ ਪ੍ਰਭੂ ਪਰਮੇਸ਼ਰ ਜੀ ਆਪਣੇ ਆਸਣਾਂ 'ਤੇ ਬਿਰਾਜਮਾਨ ਸਨ, ਆਪਣੇ ਪੜਾਅ ਦੇ ਡੇਰੇ ਵਿੱਚ। ਮਹਾਰਾਜ ਦੇ ਚਰਨਾਂ 'ਤੇ ਮੱਥਾ ਟੇਕਿਆ ਅਤੇ ਸਤਿਗੁਰੂ ਦੀ ਆਗਿਆ ਲੈ ਕੇ ਮਹਾਰਾਜ ਨੇ ਇਸ਼ਾਰਾ ਕੀਤਾ ਵੀ ਬਹਿ ਜਾਓ, ਅਤੇ ਗੁਰਾਂ ਦਾ ਇਸ਼ਾਰਾ ਲੈ ਕੇ ਅਤੇ ਦੋਵੇਂ ਰਾਜੇ ਬੈਠ ਗਏ ਗੁਰਾਂ ਦੇ ਨਜ਼ਦੀਕ ਸਤਿਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ। ਮਹਾਰਾਜ ਦੇ ਜਦੋਂ ਦਰਸ਼ਨ ਕੀਤੇ ਅਤੇ ਬਹੁਤ ਹੀ ਇਹ ਆਨੰਦਿਤ ਹੋਏ, ਬੜੇ ਆਨੰਦ ਦੇ ਵਿੱਚ ਆਏ, ਮਹਾਰਾਜ ਦਾ ਸਰੂਪ ਵੇਖ ਕੇ ਨਿਹਾਲ ਹੋ ਗਏ। ਧੰਨ ਗੁਰੂ ਕਲਗੀਧਰ ਮਹਾਰਾਜ ਨੇ ਇਹਨਾਂ ਰਾਜਿਆਂ ਨੂੰ ਆਇਆ ਵੇਖ ਕੇ ਅਤੇ ਮਹਾਰਾਜ ਜੀ ਇਹਨਾਂ ਨੂੰ ਪੁੱਛਣ ਲੱਗੇ, ਮੁਖੋਂ ਵਚਨ ਕੀਤਾ। ਸਤਿਗੁਰੂ ਜੀ ਕਹਿੰਦੇ ਆਓ ਰਾਜਨ, ਕਿਵੇਂ ਆਉਣਾ ਹੋਇਆ, ਆਪਣਾ ਪ੍ਰਸੰਗ ਦੱਸੋ, ਕੋਈ ਆਪਣੇ ਰਾਜ ਬਾਰੇ, ਕੋਈ ਆਪਣੀ ਰਿਆਸਤ ਬਾਰੇ, ਕੋਈ ਆਪਣੀ ਫੌਜ ਬਾਰੇ ਦੱਸੋ। ਕਿੰਨੀਆਂ ਕੁ ਫੌਜਾਂ ਆਪਣੇ ਕੋਲ ਰੱਖਦੇ ਹੋ, ਵੀ ਤੁਹਾਡੇ ਕੋਲ ਫੌਜ ਕਿੰਨੀ ਕੁ ਹੈ, ਕਿੰਨੀ ਕੁ ਫੌਜ ਤੁਸੀਂ ਸੰਭਾਲ ਸਕਦੇ ਹੋ, ਵੀ ਜਿਹੜਾ ਤੁਹਾਡੇ ਕੋਲ ਗਏ ਜੈਪੁਰ ਦਾ ਏਡਾ ਵੱਡਾ ਰਾਜ ਹੈ, ਤੁਹਾਡੀਆਂ ਜਿਹੜੀਆਂ ਰਿਆਸਤਾਂ ਨੇ, ਇਹ ਵੱਡਾ ਰਾਜ ਜਿਹੜਾ ਇਹ 'ਚ ਫੌਜ ਕਿੰਨੀ ਕੁ ਹੈ, ਵੀ ਤੁਹਾਡੀ ਫੌਜ ਦੀ, ਤੁਹਾਡੀ ਸੈਨਾ ਦੀ ਕਿੰਨੀ ਗਿਣਤੀ ਹੈ। ਮਹਾਰਾਜ ਜੀ ਦਾ ਬਚਨ ਸੁਣ ਕੇ ਤੇ ਰਾਜੇ ਹੱਥ ਜੋੜ ਕੇ ਕਹਿਣ ਲੱਗੇ, ਪਾਤਸ਼ਾਹ ਜੀ ਜੇ ਅਸੀਂ ਆਪਣੇ ਸਾਰੇ ਦੇਸ਼ ਦੇ ਵਿੱਚੋਂ ਫੌਜ ਇਕੱਠੀ ਕਰੀਏ ਨਾ,
ਵੀ ਜਿਹੜੇ ਕੋਈ ਲੜਨ ਵਾਲੇ ਯੋਧੇ ਜਰਨੈਲ ਹੁੰਦੇ ਨੇ ਜੇ ਉਹਨਾਂ ਸਾਰਿਆਂ ਨੂੰ ਅਸੀਂ ਇਕੱਠਿਆ ਕਰ ਲਈਏ, ਜਿਹੜੇ ਥਾਂ ਸਾਂ ਡਿਊਟੀਆਂ ਦੇ ਲਾਏ ਆ, ਜੇ ਇੱਕ ਸਾਂ ਇਕੱਠੇ ਕਰੀਏ, ਸਵਾ ਲੱਖ ਤਾਂ ਮਹਾਰਾਜ ਘੋੜ ਸਵਾਰੀ ਸਾਡੇ ਕੋਲ ਹਨ, ਪੈਦਲ ਤਾਂ ਹੋਰ ਵੀ ਨੇ ਪਰ ਸਵਾ ਲੱਖ ਤਾਂ ਘੋੜ ਚੜੇ ਸਿਪਾਹੀ ਨੇ ਸਾਡੇ ਕੋਲ। ਤੇ ਫਿਰ ਮਹਾਰਾਜ ਜੀ ਸਵਾ ਲੱਖ ਫੌਜ ਜਿਹੜੀ ਆ ਨਾ ਸਾਡੇ ਕੋਲ ਘੋੜਿਆਂ ਦੇ ਚੱਲਣ ਵਾਲੀ, ਉਹਨਾਂ ਦਾ ਖਰਚ ਵੀ ਅਸੀਂ ਸਾਰਾ ਹੀ ਜਿਹੜਾ ਉਹ ਚਲਾਉਂਦੇ ਹਾਂ, ਵੀ ਸਾਡੇ ਕੋਲ ਇੰਨੀ ਕਮਾਇਆ ਵੀ ਹੈਗੀ ਹੈ, ਰਿਆਸਤ ਵਿੱਚ ਆਮਦਨ ਹੈ, ਵੀ ਇੰਨੀ ਫੌਜ ਦਾ ਖਰਚ ਵੀ ਚੁੱਕ ਲੈਂਦੇ ਹਾਂ। ਸਤਿਗੁਰੂ ਜੀ ਜਿਹੜੀ ਸਾਡੀ ਰਿਆਸਤ ਦੇ ਵਿੱਚ ਸਿਪਾਹੀ ਨੇ ਨਾ, ਤੇਗ ਦੇ ਬੜੇ ਧਨੀ ਹਨ, ਭਾਵ ਕਿ ਤੇਗਾ ਵਾਹੁਣ ਦੇ ਬੜੇ ਮਾਹਰ ਨੇ, ਰਾਜਪੂਤ ਹਨ, ਲੜਨਾ ਮਰਨਾ ਜਾਣਦੇ ਨੇ, ਤੇਗਾ ਵਾਹ ਕੇ ਇੰਨੀ ਫੁਰਤੀ ਵਿਖਾਉਂਦੇ ਹਨ ਵੀ ਸ਼ਿਰਨ ਦੇ ਵਿੱਚ ਜਿਹੜਾ ਕੋਈ ਵੈਰੀ ਹੈ ਉਹਨੂੰ ਕਸੂਤਾ ਫਸਾ ਦਿੰਦੇ ਆ, ਭਾਵ ਵੀ ਪਤਾ ਹੀ ਨਹੀਂ ਲੱਗਦਾ, ਤੇ ਮਾਰ ਮੁਕਾਉਂਦੇ ਦੁਸ਼ਮਣਾਂ ਨੂੰ। ਏਦਾਂ ਰਾਜਾ ਕਹਿੰਦਾ ਮਹਾਰਾਜ ਇੱਕ ਜਣਾ ਮੈਂ ਸਵਾ ਲੱਖ ਜਿਹੜੀ ਫੌਜ ਹੈ ਨਾ ਘੋੜਿਆਂ ਵਾਲੀ ਉਹ ਰੱਖਦਾ ਹਾਂ, ਅਤੇ ਸਮਝ ਲਓ ਵੀ ਅਸੀਂ ਦੋਵੇਂ ਰਾਜੇ ਆ ਅਤੇ ਦੋਵਾਂ ਕੋਲ ਸਵਾ ਸਵਾ ਲੱਖ ਹੀ ਹੈ, 2.5 ਲੱਖ ਫੌਜਾਂ ਮਹਾਰਾਜ ਜੀ ਘੋੜ ਚੜੀਆਂ ਸਾਡੇ ਕੋਲ ਨੇ ਸਾਰੀਆਂ, ਅਤੇ ਇਹ ਸਾਰੀਆਂ 2.5 ਲੱਖ ਫੌਜਾਂ ਜਿਹੜੀਆਂ ਸਾਡੇ ਨਾਲ ਘੋੜਿਆਂ ਦੇ ਉੱਤੇ ਚੱਲਦੀਆਂ ਹਨ। ਇਸ ਤਰ੍ਹਾਂ ਕਲਗੀਧਰ ਮਹਾਰਾਜ ਜੀ ਨੇ ਜਦੋਂ ਇਹਨਾਂ ਕੋਲ ਸੁਣਿਆ, ਕਹਿਣ ਲੱਗੇ ਵੀ ਸਾਡੇ ਕੋਲ 2.5 ਲੱਖ ਫੌਜ ਹੈ ਜਿਹੜੀ ਘੋੜਿਆਂ ਦੇ ਸਾਡੇ ਨਾਲ ਚੜ੍ਹਦੀ ਹੈ, ਅਤੇ ਇਹਨਾਂ ਕੋਲ ਸੁਣ ਕੇ ਕਲਗੀਧਰ ਮਹਾਰਾਜ ਜੀ ਮੁਖੋ ਕਹਿਣ ਲੱਗੇ, ਵੀ ਹੇ ਰਾਜਨ ਵੀ ਤੁਹਾਡਾ ਦੇਸ਼ ਫਿਰ ਬੜਾ ਤਗੜਾ ਹੈ, ਵੀ ਤੁਹਾਡੇ ਕੋਲ ਫੌਜਾਂ ਦੇ ਬਹੁਤ ਜ਼ਿਆਦੀਆਂ ਹੋਈਆਂ, ਫਿਰ ਤੁਸੀਂ ਸ਼ਸਤਰਧਾਰੀ ਵੀ ਹੋ, ਰਾਜਪੂਤ ਯੋਧੇ ਆਪਣੇ ਆਪ ਨੂੰ ਮੰਨਦੇ ਹੋ ਵੀ ਸਾਡਾ ਤੇਜ ਬੜਾ ਹੈ, ਸਾਡਾ ਸ਼ਸਤਰ ਚਲਾਉਣ ਦਾ ਤਜਰਬਾ ਬੜਾ ਹੈ, ਵੈਰੀਆਂ ਨੂੰ ਅਸੀਂ ਮਾਰਨਾ ਜਾਣਦੇ ਹਾਂ, ਪਰ ਮਹਾਰਾਜ ਕਹਿੰਦੇ ਐਡੇ ਵੱਡੇ ਰਾਜੇ ਦੇ ਐਡੇ ਵੱਡੇ ਫੌਜਾਂ ਦੇ ਮਾਲਕ ਹੋ ਕੇ ਵੀ ਜੈ ਸਿੰਘ ਤੁਹਾਡੇ ਵਿੱਚ ਇੱਕ ਬੜੀ ਭੈੜੀ ਆਦਤ ਹੈ, ਇੱਕ ਬਹੁਤ ਬੁਰੀ ਗੱਲ ਤੁਹਾਡੇ ਵਿੱਚ ਚੱਲਦੀ ਹੈ। ਕਹਿਣ ਲੱਗੇ ਮਹਾਰਾਜ ਦੱਸੋ ਕੀ? ਕਹਿੰਦੇ ਵੀ ਤੁਸੀਂ ਜਿਹੜੀਆਂ ਗਊਆਂ ਨੇ ਨਾ ਉਹ ਕਸਾਈਆਂ ਨੂੰ ਦੇ ਦਿੰਦੇ ਹੋ ਮਾਰਨ ਵਾਸਤੇ, ਤੇ ਭਾਵੇਂ ਜਿੱਡੇ ਮਰਜ਼ੀ ਤੁਸੀਂ ਸੂਰਮੇ ਹੋ, ਜਿੱਡੇ ਮਰਜ਼ੀ ਯੋਧੇ ਹੋ, ਪਰ ਕਸਾਈਆਂ ਨੂੰ ਗਾਈਆਂ ਦੇ ਕੇ ਤੇ ਆਪਣਾ ਧਰਮ ਨਾਸ਼ ਕਰ ਲੈਂਦੇ, ਆਪਣਾ ਧਰਮ ਭ੍ਰਿਸ਼ਟ ਕਰ ਲੈਂਦੇ ਹੋ। ਜਦੋਂ ਦੋਵਾਂ ਰਾਜਿਆਂ ਨੇ ਮਹਾਰਾਜ ਦਾ ਇਹ ਵਚਨ ਸੁਣਿਆ ਵੀ ਤੁਸੀਂ ਗਊਆ ਕਸਾਈਆਂ ਨੂੰ ਦਿੰਦੇ ਵੀ ਇਹ ਤੁਹਾਡੇ ਜਾਊਗਣਾ, ਤੇ ਸੁਣ ਕੇ ਬੜਾ ਹੈਰਾਨ ਹੋਏ, ਚਿੱਤ ਵਿੱਚ ਸੋਚਣ ਲੱਗੇ ਵੀ ਇੱਦਾਂ ਦਾ ਅਸੀਂ ਕਦੀ ਕੀਤਾ ਨਹੀਂ ਹੈ, ਵੀ ਜਾਣਿਆ ਨਹੀਂ ਜਾਂਦਾ ਵੀ ਮਹਾਰਾਜ ਸਾਨੂੰ ਕਿਉਂ ਕਹਿ ਰਹੇ ਆ ਵੀ ਗਾਈਆਂ ਕਸਾਈਆਂ ਨੂੰ ਦਿੰਦੇ ਹੋ, ਅਸੀਂ ਤਾਂ ਇਹੋ ਜਿਹਾ ਕਰਮ ਨਹੀਂ ਕਰਦੇ। ਫਿਰ ਕਹਿਣ ਲੱਗੇ ਹੇ ਸੱਚੇ ਪਾਤਸ਼ਾਹ ਤੁਹਾਨੂੰ ਪਤਾ ਨਹੀਂ ਵੀ ਕਿੰਨੇ ਗਲਤ ਆ ਕੇ ਸਾਡੇ ਬਾਰੇ ਦੱਸ ਦਿੱਤਾ ਵੀ ਸਾਡੇ ਤਾਂ ਸਾਰੇ ਦੇਸ਼ ਦੇ ਵਿੱਚ ਜਿੱਥੇ ਕਿੱਥੇ ਵੀ ਗਊਆਂ ਹਨ, ਉਹਨਾਂ ਗਊਆਂ ਨੂੰ ਮਾਰਨ ਵਾਲੇ ਅਸੀਂ ਕਸਾਈਆਂ ਨੂੰ ਆਪਣੇ ਰਾਜ ਵਿੱਚ ਵਸਣ ਹੀ ਨਹੀਂ ਦਿੰਦੇ, ਵੀ ਜੇ ਕੋਈ ਗਊ ਹੱਤਿਆ ਕਰਦਾ ਹੈ ਅਸੀਂ ਤਾਂ ਉਹਨੂੰ ਜਾਂ ਮਾਰ ਦਿੰਦੇ ਹਾਂ ਜਾਂ ਆਪਣੇ ਰਾਜ ਵਿੱਚੋਂ ਧੱਕੇ ਮਾਰ ਕੇ ਕੱਢ ਦਿੰਦੇ ਹਾਂ। ਮਹਾਰਾਜ ਜਿੱਥੋਂ ਤਾਈਂ ਸਾਡੀ ਹੱਦ ਹੈ, ਜਿੱਥੋਂ ਤਾਈਂ ਸਾਡਾ ਵਸ ਚੱਲਦਾ ਹੈ, ਅਸੀਂ ਕਦੀ ਵੀ ਕਸਾਈਆਂ ਨੂੰ ਆਪਣੇ ਇਲਾਕੇ 'ਚ ਕਸਾਈ ਖਾਨਾ ਹੀ ਨਹੀਂ ਬਣਾਉਣ ਦਿੱਤਾ। ਜੇ ਕਦੇ ਅਸੀਂ ਵੇਖ ਲੈਂਦੇ ਹਾਂ ਨਾ ਵੀ ਕੋਈ ਸਾਡੀ ਰਿਆਸਤ ਦੇ ਵਿੱਚ ਗਊਆਂ ਵੱਢਣ ਮਾਰਨ ਟੁੱਕਣ ਵਾਲਾ ਕਸਾਈ ਆਇਆ ਹੈ ਕੋਈ, ਤਾਂ ਅਸੀਂ ਉਸੇ ਵੇਲੇ ਉਹਨੂੰ ਨਾਸ਼ ਕਰ ਦਿੰਦੇ ਵੇਖਦੇ ਹਾਂ। ਪਰ ਮਹਾਰਾਜ ਤੁਸੀਂ ਇਹ ਜਿਹੜਾ ਵਚਨ ਕਰ ਰਹੇ ਹੋ ਵੀ ਕਿਹਦੇ ਕੋਲ ਸੁਣਿਆ ਸਾਨੂੰ ਦੱਸੋ ਤਾਂ ਸਹੀ, ਵੀ ਇਹ ਕਿੰਨੇ ਆ ਕੇ ਕਹਿ ਦਿੱਤਾ ਵੀ ਇਹ ਜੈਪੁਰ ਦਾ ਰਾਜਾ ਅਤੇ ਇਹ ਦੋਵੇਂ ਰਾਜਾ ਸਵਾਈ ਜੈ ਸਿੰਘ ਅਤੇ ਜੀਤ ਸਿੰਘ ਗਊਆਂ ਮਰਾਉਂਦੇ ਨੇ ਕਸਾਈਆਂ ਨੂੰ ਦਿੰਦੇ ਹਨ, ਜਿਸ ਕਰਕੇ ਮਹਾਰਾਜ ਤੁਸੀਂ ਸਾਨੂੰ ਉਪਦੇਸ਼ ਹੀ ਦੇ ਰਹੇ ਹੋ, ਵਚਨ ਤਾਂ ਤੁਸੀਂ ਸਾਡੇ ਭਲੇ ਦਾ ਹੀ ਕਰ ਰਹੇ ਹੋ ਵੀ ਗਾਈਆਂ ਨਾਲ ਕਸਾਈਆਂ ਨੂੰ ਦਿਆ ਕਰੋ,
पर महाराज जी असी कदी अपने इलाके दे विच किसे कसाई नूं नहीं रहण दिंदे, फिर गाइयां कसाईयां नूं किवें देणियां। जदों महाराज ने गुजी गल कही सी ना, ते जदों महाराज साहिब जी दी गुजी गल दे उत्तर वजों इह कहण लगे, महाराज नहीं, इह किसे ने झूठा आ के तुहानूं कहता, असी तां कसाईयां नूं अपनी रियास दे विच ही नहीं वसन दिंदे। इन्हां को सुन के कलगीधर महाराज जी फिर भेत दी गल गुजी गल खोल के दसन लगे। महाराज कहण लगे भी जिहड़ियां तुहाडे घर दे विच धीआं हुंदियां ने उन्हां दे डोले तुरकां नूं दे दिंदे हो राज भाग लैण दे वास्ते, कहिंदे भी इह गाईआं ही आ, भी होर तुसीं कसाई नहीं आ, तुरक कसाई है, ते अपनियां धीआं दे डोले अपना राज भाग कायम रखण बचाउण दे वास्ते तुरकां नूं नहीं दिंदे, होर इह तों वड्डे कसाई किहड़े हन। इहदे नालों महाराज कहिंदे भी होर परे की औगण है, भी जिहड़ा तुसीं अपनियां धीआं दे डोले इन्हां मुगलां पठाणा इन्हां तुरकां नूं हाजर करदे हो, ਇਹ ਕਸਾਈਆਂ ਨੂੰ ਗਊਆਂ ਦੇਣ ਵਰਗਾ ਹੀ ਪਾਪ ਹੈ। ਵੀ ਜਿਵੇਂ ਹਿੰਦੂ ਜਿਹੜਾ ਹੈ ਉਹ ਗਊ ਨੂੰ ਆਪਣੀ ਮਾਤਾ ਮੰਨਦਾ, ਅਤੇ ਹਿੰਦੂ ਜਿਹੜਾ ਹੈ ਉਹਨੂੰ ਪੂਜਦਾ ਹੈ, ਅਤੇ ਉਹ ਜੇ ਕਸਾਈ ਨੂੰ ਦੇਵੇ ਤਾਂ ਉਹ ਮੰਨਦਾ ਵੀ ਬੜਾ ਪਾਪ ਹੈ। ਅਤੇ ਮਹਾਰਾਜ ਕਹਿੰਦੇ ਤੁਸੀਂ ਹਿੰਦੂ ਰਾਜੇ ਹੀ ਹੋ, ਅਤੇ ਆਪਣੀਆਂ ਗਊ ਵਰਗੀਆਂ ਧੀਆਂ ਇਹਨਾਂ ਕਸਾਈਆਂ ਤੁਰਕਾਂ ਨਾਲ ਤੋਰ ਦਿੰਦੇ ਹੋ ਵੀ ਸਾਡਾ ਰਾਜ ਕਾਇਮ ਰਹੇ, ਇਹ ਤੋਂ ਹੋਰ ਪਰੇ ਕੀ ਤੁਹਾਡੇ ਵਿੱਚ ਗੁਣਾਹ ਹੋਣਾ, ਇਹ ਤੋਂ ਵੱਡਾ ਹੋਰ ਪਾਪ ਕੀ ਹੋਣਾ ਹੈ। ਉੱਦਾਂ ਦੇ ਮਹਾਰਾਜ ਜੀ ਕਹਿੰਦੇ ਤੁਸੀਂ ਕਹਿੰਦੇ ਅਸੀਂ ਰਾਜਪੂਤ ਹੁੰਦੇ ਹਾਂ, ਆਪਣੀਆਂ ਜਾਤਾਂ ਗੋਤਾਂ ਲਾਉਂਦੇ ਹੋ ਨਾਲ ਵੀ ਅਸੀਂ ਕਛਵਾਏ ਰਾਜਪੂਤ ਹੈ, ਅਸੀਂ ਹਾਂਡੇ ਰਾਜਪੂਤ ਹਾਂ, ਅਸੀਂ ਤਾਂ ਕਹਿੰਦੇ ਰਠੌਰ ਹੁੰਦੇ ਹਾਂ, ਬੜੀ ਹੈਂਕੜ ਵਿਖਾਉਂਦੇ ਹੋ। ਇਤਿਹਾਸਕ ਮਹਾਰਾਜ ਕਹਿੰਦੇ ਆਪਣੇ ਨਾਮ ਘਾਉਂਦੇ ਹੋ ਵੀ ਮੈਂ ਕਛਵਾਹਾ ਰਾਜਪੂਤ ਹਾਂ, ਹਾਂਡਾ ਰਾਜਪੂਤ ਹਾਂ, ਠਾਕੁਰ ਰਾਜਪੂਤ ਹੈ, ਵੀ ਅਸੀਂ ਠਾਕੁਰ ਹੁੰਦੇ ਹਾਂ, ਆਪਣੀ ਐਂਠ ਬੜੀ ਵਿਖਾਉਂਦੇ ਹੋ ਵੀ ਅਸੀਂ ਰਾਜਪੂਤ ਹਾਂ, ਵੀ ਸ਼ਸਤਰ ਬੜੇ ਬਹੁਣੇ ਜਾਣਦੇ ਹਾਂ, ਵੀ ਸਾਡੇ ਰਾਜਪੂਤਾਂ ਦੇ ਕੋਲ ਗੁਣ ਬੜਾ ਹੈ ਜੰਗ ਕਰਨ ਦਾ। ਇੱਦਾਂ ਆਪਣੀ ਆਕੜ ਜੀ ਆਪਣੀ ਐਂਠ ਵਿਖਾ ਕੇ ਆਪਣਾ ਦੁਨੀਆਂ ਵਿੱਚ ਬੜਾ ਸਜਸ ਕਰਾਉਂਦੇ ਹੋ ਵੀ ਸਾਡੇ ਗੁਣ ਗਾਓ, ਵੀ ਸਾਡੇ ਵਰਗਾ ਯੋਧਾ ਕੋਈ ਨਹੀਂ। ਪਰ ਮਹਾਰਾਜ ਕਹਿੰਦੇ ਤੁਹਾਡੇ ਬਹਾਦਰ ਹੋਣ ਦਾ, ਸ਼ਸਤਰ ਚਲਾਉਣ ਦਾ ਕੀ ਫਾਇਦਾ, ਵੀ ਜਿਹੜੀ ਆਪਣੀ ਐਂਠ ਵਿਖਾਉਂਦੇ ਹੋ ਵੀ ਅਸੀਂ ਰਾਜਪੂਤ ਹਾਂ, ਵੀ ਅਸੀਂ ਜੰਗ ਯੁੱਧ ਬਹੁਤ ਕਰਨੇ ਜਾਣਦੇ ਹਾਂ, ਪਰ ਆਪਣੀਆਂ ਧੀਆਂ ਜਿਹੜੀਆਂ ਤੁਰਕਾਂ ਨੂੰ ਦਿੰਦੇ ਹੋ ਤੁਹਾਡੇ ਵਿੱਚ ਬੜਾ ਹੀ ਮਾੜਾ ਕੰਮ ਹੈ, ਬੜੀ ਪੁੱਠੀ ਰੀਤ ਚੱਲੀ ਆ। ਇਹ ਮਹਾਰਾਜ ਜੀ ਕਹਿੰਦੇ ਤੁਸੀਂ ਕੰਮ ਕਰਦੇ ਹੀ ਰਹੇ, ਕਿਸੇ ਨੇ ਪਹਿਲਾਂ ਵੀ ਨਹੀਂ ਰੋਕਿਆ ਤੁਹਾਨੂੰ, ਵੀ ਆਪਣੀਆਂ ਧੀਆਂ ਦੇ ਡੋਲੇ ਆਪਣਾ ਰਾਜ ਘਾ ਭਾਗ ਕਾਇਮ ਰੱਖਣ ਦੇ ਲਈ ਜਿਹੜੇ ਤੁਰਕਾਂ ਨੂੰ ਮੁਗਲਾਂ ਨੂੰ ਦਿੱਤੇ ਹਨ। ਪਰ ਹੁਣ ਮਹਾਰਾਜ ਜੀ ਕਹਿੰਦੇ ਵੀ ਜੇ ਵਾਕਈ ਰਾਜਪੂਤ ਹੋ ਤਾਂ ਅੱਜ ਤੋਂ ਬਾਅਦ ਸਾਡੇ ਕੋਲ ਪ੍ਰਣ ਕਰਕੇ ਜਾਓ ਵੀ ਅੱਗੇ ਤੋਂ ਤੁਹਾਨੂੰ ਏਦਾਂ ਕਰਨਾ ਚਾਹੀਦਾ ਏ, ਵੀ ਆਪਣੀ ਧੀ ਦਾ ਡੋਲਾ ਤੁਰਕਾਂ ਨੂੰ ਜਿਵੇਂ ਕਿਵੇਂ ਵੀ ਹੋਵੇ ਜੋ ਮਰਜ਼ੀ ਮੁਸ਼ਕਲ ਹੋਵੇ। ਮਹਾਰਾਜ ਕਹਿੰਦੇ ਆਪਣੀਆਂ ਧੀਆਂ ਦੇ ਆਪਣੀਆਂ ਬੱਚੀਆਂ ਦੇ ਡੋਲੇ ਰਾਜਪੂਤੋ ਤੁਰਕਾਂ ਨੂੰ ਨਹੀਂ ਦੇਣੇ। ਜਦੋਂ ਮਹਾਰਾਜ ਸਾਹਿਬ ਜੀ ਨੇ ਬੜੀ ਜੁਗਤੀ ਦੇ ਨਾਲ ਭੇਦ ਖੋਲਿਆ ਤੇ ਸੁਣ ਕੇ ਦੋਵੇਂ ਰਾਜੇ ਆਪਸ ਵਿੱਚ ਸਲਾਹ ਕਰਨ ਲੱਗੇ, ਕਹਿਣ ਲੱਗੇ ਵੀ ਵਾਕਿਆ ਹੀ ਇਹ ਕਮੀ ਤਾਂ ਸਾਡੇ ਹੈ, ਵੀ ਕਲਗੀਧਰ ਮਹਾਰਾਜ ਸਾਹਿਬ ਜੀ ਸਾਡੇ ਭਲੇ ਵਾਸਤੇ ਕਹਿ ਰਹੇ ਹੈ ਵੀ ਸਾਡਾ ਸ੍ਰੇਸ਼ਟ ਜਸ ਫੈਲੇ ਦੁਨੀਆਂ ਵਿੱਚ, ਕਿਉਂਕਿ ਇਹ ਸਾਡੇ ਇਸ ਕੰਮ ਕਰਨ ਕਰਕੇ ਮੁਗਲਾਂ ਪਠਾਣਾ ਤੁਰਕਾਂ ਦੇ ਨਾਲ ਇਹਨਾਂ ਬਾਦਸ਼ਾਹਾਂ ਨੂੰ ਆਪਣੀਆਂ ਧੀਆਂ ਦੇ ਡੋਲੇ ਦੇਣ ਕਰਕੇ ਬਹੁਤ ਸਾਡੀ ਸਾਰੀ ਦੁਨੀਆਂ ਵਿੱਚ ਬਦਨਾਮੀ ਹੁੰਦੀ ਹੈ, ਵੀ ਰਾਜਪੂਤ ਆਪਣੀਆਂ ਧੀਆਂ ਆਪ ਮੁਗਲਾਂ ਨੂੰ ਦਿੰਦੇ ਨੇ, ਤੇ ਸਾਰੇ ਰਾਜਪੂਤਾਂ ਦੀ ਬਦਨਾਮੀ ਇਹਦੇ ਵਿੱਚ ਦੁਨੀਆਂ ਵਿੱਚ ਹੋ ਰਹੀ ਹੈ। ਇਤਿਹਾਸਕ ਦੋਵਾਂ ਰਾਜਿਆਂ ਨੇ, ਰਾਜੇ ਜੈ ਸਿੰਘ ਸਵਾਈ ਤੇ ਅਜੀਤ ਸਿੰਘ ਨੇ ਆਪਸ ਦੇ ਵਿੱਚ ਚੰਗੀ ਤਰ੍ਹਾਂ ਸਲਾਹ ਕੀਤੀ,
ਫਿਰ ਗੁਰੂ ਕਲਗੀ ਧਰਮਾ ਰਾਜ ਦੇ ਹਜ਼ੂਰੇ ਨਾਲ ਪ੍ਰਣ ਕੀਤਾ, ਕਹਿੰਦੇ ਕਲਗੀ ਧਰ ਪਾਤਸ਼ਾਹ ਤੁਹਾਨੂੰ ਤੁਹਾਡੇ ਹਾਜ਼ਰ ਨਾਜ਼ਰ ਹੁੰਦੇ ਆ, ਅਸੀਂ ਅੱਜ ਤੋਂ ਪ੍ਰਣ ਕਰਦੇ ਆ ਦੋਵੇਂ ਰਾਜਪੂਤ ਰਾਜੇ। ਅਸੀਂ ਇਹ ਵੀ ਗੱਲ ਕਿਆ ਕਰਾਂਗੇ ਵੀ ਜਿਹੜਾ ਰਾਜਪੂਤਾਂ ਦਾ ਅਸਲੀ ਬੀਜ ਹੋਵੇਗਾ, ਜਿਹੜਾ ਅਸਲ ਦੇ ਵਿੱਚ ਰਾਜਪੂਤਾਂ ਦਾ ਜੰਮਿਆ ਹੋਵੇਗਾ, ਉਹ ਕਹਿੰਦੇ ਕਿਸੇ ਤਰ੍ਹਾਂ ਵੀ ਕੋਈ ਆਪਣੀ ਧੀ ਨੂੰ ਤੁਰਕਾਂ ਦੇ ਹਵਾਲੇ ਨਹੀਂ ਕਰੂਗਾ, ਤੁਰਕਾਂ ਨੂੰ ਡੋਲੇ ਨਹੀਂ ਦੇਵੇਗਾ, ਕਿਉਂਕਿ ਮਹਾਰਾਜ ਅਸੀਂ ਤੁਹਾਡਾ ਬਚਨ ਸਤ ਕਰਕੇ ਮੰਨਣਾ ਏ, ਜਿਹੜੇ ਤੁਹਾਡੇ ਦਾਦਾ ਗੁਰੂ ਹਰਗੋਬਿੰਦ ਸਾਹਿਬ ਜੀ ਹੋਏ ਹਨ, ਉਹਨਾਂ ਦਾ ਮਹਾਰਾਜ ਸ੍ਰੇਸ਼ਟ ਜਸ ਅੱਜ ਤੀਕਰ ਸਾਡੇ ਰਾਜਪੂਤਾਂ ਦੀਆਂ ਰਿਆਸਤਾਂ ਦੇ ਵਿੱਚ ਹੁੰਦਾ ਹੈ, ਅੱਜ ਵੀ ਸਾਡੇ ਰਾਜੇ ਤੁਹਾਡੇ ਦਾਦੇ ਗੁਰੂ ਹਰਗੋਬਿੰਦ ਸਾਹਿਬ ਦੇ ਉਪਕਾਰ ਨੂੰ ਚੇਤੇ ਕਰਕੇ ਗੁਣ ਗਾਉਂਦੇ ਨੇ, ਜਿਹੜੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਜਹਾਂਗੀਰ ਦੀ ਕੈਦ ਚੋਂ 52 ਰਾਜੇ ਛੁਡਵਾਏ ਸਨ, ਜਿਨ੍ਹਾਂ ਨੂੰ ਮਰਨ ਤੀਕਰ ਕੈਦ ਹੋਈ ਸੀ, ਪਰ ਮਹਾਰਾਜ ਤੁਹਾਡੇ ਦਾਦਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹ 22 ਧਾਰ ਦੀਆਂ ਰਿਆਸਤਾਂ ਦੇ ਰਾਜੇ ਵੀ ਸਾਧ ਸੰਗਤ ਜੀ ਉਹਨਾਂ ਦੇ ਵਿੱਚ ਹੈਗੇ ਸਨ, ਅਤੇ ਰਾਜਸਥਾਨ ਦੇ ਜਿਹੜੇ ਰਾਜਪੂਤ ਨੇ ਇਹਨਾਂ ਦੇ ਰਾਜੇ ਵੀ ਰਿਆਸਤਾਂ ਦੇ ਕੈਦ ਵਿੱਚ ਹੈਨ ਸਨ, ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹਨਾਂ ਦੇ ਛੋਟੇ ਵੱਡੇ 52 ਰਾਜੇ ਛਡਾਏ, ਇਸ ਕਰਕੇ ਦੋਵੇਂ ਕਹਿਣ ਲੱਗੇ ਮਹਾਰਾਜ ਅਸੀਂ ਤਾਂ ਤੁਹਾਡੇ ਦਾਦਾ ਜੀ ਦਾ ਨਹੀਂ ਪਰ ਉਪਕਾਰ ਭੁੱਲਦੇ, ਅੱਜ ਵੀ ਸਾਡੇ ਰਾਜਪੂਤਾਨੇ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਨੇ ਜਿਵੇਂ ਸਾਡੇ ਬਜ਼ੁਰਗਾਂ ਨੂੰ ਛਡਾ ਕੇ ਲਿਆਂਦਾ ਉਹਦੇ ਗੁਣ ਗਾਏ ਜਾਂਦੇ ਹਨ, ਤੇ ਮਹਾਰਾਜ ਤੁਸੀਂ ਵੀ ਤੇ ਉਹਨਾਂ ਦੇ ਪੁੱਤਰੇ ਹੋ, ਸਾਡੇ ਵਾਸਤੇ ਤਾਂ ਗੁਰੂ ਹਰਗੋਬਿੰਦ ਸਾਹਿਬ ਦਾ ਹੀ ਸਰੂਪ, ਤੁਸੀਂ ਉਹੀ ਬੈਠੇ ਹੋ, ਫਿਰ ਮਹਾਰਾਜ ਆਪ ਜੀ ਨੇ ਬੜੇ ਵੀਰ ਰਸ ਦੇ ਵਿੱਚ ਪ੍ਰੋ ਕਰਕੇ ਵੈਰੀਆਂ ਨੂੰ ਜੰਗ ਦੇ ਮੈਦਾਨ ਵਿੱਚ ਮਾਰਿਆ ਹੈ, ਅਸੀਂ ਮਹਾਰਾਜ ਭਾਵੇਂ ਨਹੀਂ ਪਹੁੰਚੇ ਅਨੰਦਪੁਰ, ਪਰ ਤੁਹਾਡੇ ਵੱਡੇ ਵੱਡੇ ਜੰਗਾਂ ਬਾਰੇ ਤੇ ਸਾਨੂੰ ਪਤਾ ਹੈ, ਆ ਕੇ ਦੱਸਦੇ ਸਨ ਲੋਕ ਕਿ ਗੁਰੂ ਕਲਗੀ ਧਰ ਬੜੇ ਜੁਝਾਰੂ ਯੋਧੇ ਨੇ, ਜਿਹੜੇ ਤੁਰਕਾਂ ਦੇ ਮਹਾਰਾਜ ਜੀ ਘਰ ਨੇ ਉਹਨਾਂ ਵਿੱਚ ਸ਼ੋਕ ਪੈ ਗਿਆ, ਤੁਰਕਾਣੀਆਂ ਦੇ ਪਿੱਟਣੇ ਪੈ ਗਏ, ਇੰਨੀ ਫੌਜ ਉਹਨਾਂ ਦੀ ਤੁਸੀਂ ਮਾਰ ਦਿੱਤੀ, ਇਹਨਾਂ ਜਦੋਂ ਪ੍ਰਣ ਕੀਤਾ ਮਹਾਰਾਜ ਅੱਜ ਤੋਂ ਨਹੀਂ ਅਸੀਂ ਆਪਣੇ ਡੋਲੇ ਜਿਹੜੇ ਆ ਦਿੰਦੇ ਤੁਰਕਾਂ ਨੂੰ ਧੀਆਂ ਦੇ, ਤਾਂ ਮਹਾਰਾਜ ਸਾਹਿਬ ਜੀ ਨੇ ਇਹਨਾਂ ਦਾ ਪ੍ਰਣ ਵੇਖ ਕੇ ਵੀ ਸਾਡਾ ਵਚਨ ਮੰਨਿਆ ਹੈ ਤੇ ਬੜੇ ਖੁਸ਼ ਹੋਏ, ਕਿਰਪਾ ਦੀ ਦ੍ਰਿਸ਼ਟੀ ਕਰਦੇ ਇਹਨਾਂ ਨੂੰ ਸਤਿਗੁਰ ਆਪਣੀਆਂ ਕੋਈ ਨਿਸ਼ਾਨੀਆਂ ਬਖਸ਼ੀਆਂ, ਇੱਕ ਮਹਾਰਾਜ ਨੇ ਢਾਲ ਤੇ ਇੱਕ ਸ੍ਰੀ ਸਾਹਿਬ ਮੰਗਾਈ ਸਿੱਖ ਕੋਲੋਂ, ਜਿਹੜਾ ਜੈ ਸਿੰਘ ਸਵਾਈ ਰਾਜਾ ਏ ਜੈਪੁਰ ਵਾਲਾ, ਮਹਾਰਾਜ ਜੀ ਨੇ ਇਹ ਤੇਗ ਤੇ ਢਾਲ ਰਾਜੇ ਜੈ ਸਿੰਘ ਨੂੰ ਬਖਸ਼ ਦਿੱਤੀ, ਮਹਾਰਾਜ ਸਾਹਿਬ ਜੀ ਦੇ ਕੋਲੋਂ ਇਹ ਬਖਸ਼ ਢਾਲ ਤੇ ਕਿਰਪਾਨ ਲੈ ਕੇ ਜੈ ਸਿੰਘ ਸਵਾਈ ਰਾਜੇ ਨੇ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ, ਇੱਕ ਬੜਾ ਚੰਗਾ ਮਹਾਰਾਜ ਸਾਹਿਬ ਜੀ ਨੇ ਧਨੁਖ ਤੀਰ ਕਮਾਨ ਤੇ ਤੀਰਾਂ ਦਾ ਭੱਥਾ ਵੇਖ ਕੇ, ਜਿਹੜਾ ਦੂਜਾ ਰਾਜਾ ਅਜੀਤ ਸਿੰਘ ਨਾਲ ਆਇਆ ਸੀ ਉਹ ਮਹਾਰਾਜ ਨੇ ਇਹਨੂੰ ਬਖਸ਼ ਦਿੱਤਾ, ਮਹਾਰਾਜ ਕੋਲੋਂ ਬਖਸ਼ਿਸ਼ ਲੈ ਕੇ ਦੋਵੇਂ ਰਾਜੇ ਬਹੁਤ ਹੀ ਖੁਸ਼ ਹੋਏ, ਮਹਾਰਾਜ ਨੂੰ ਨਮਸਕਾਰ ਕਰਕੇ ਵਿਦਿਆ ਹੋ ਕੇ ਚਲੇ ਗਏ, ਅੱਜ ਵੀ ਉਹ ਸ੍ਰੀ ਸਾਹਿਬ ਦੇ ਢਾਲ ਜਦੋਂ ਜਾਈਏ ਉੱਥੇ ਤੇ ਜੈਪੁਰ ਦੇ ਕਿਲੇ ਵਿੱਚ ਕਹਿੰਦੇ ਵੀ ਅੱਜ ਵੀ ਉਹਦੇ ਦਰਸ਼ਨ ਕਰਾਏ ਜਾਂਦੇ ਹਨ, ਮਹਾਰਾਜ ਦੇ ਗੁਣ ਗਾਉਂਦਿਆਂ ਗਏ ਵੀ ਵੇਖੋ ਵੀ ਸਤਿਗੁਰਾਂ ਨੇ ਸਾਡਾ ਔਗਣ ਜਿਹੜਾ ਹੈ ਨਾ ਉਹ ਦੂਰ ਕਰਨ ਦੇ ਲਈ ਸਾਨੂੰ ਉਪਦੇਸ਼ ਦਿੱਤਾ ਹੈ, ਵੀ ਧੰਨ ਨੇ ਮਹਾਰਾਜ, ਵਾਹਿਗੁਰੂ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਜੋ ਬਿਰਾਜਮਾਨ ਹੈ ਉਹਨਾਂ ਦੇ ਦਰਸ਼ਨ ਕਰਕੇ ਅਸੀਂ ਨਿਹਾਲ ਹੋ ਗਏ ਹਾਂ, ਇਸ ਤਰ੍ਹਾਂ ਕਲਗੀ ਧਰ ਮਹਾਰਾਜ ਸਾਹਿਬ ਜੀ ਕੌਤਕ ਕਰਦੇ ਆ ਕੁਝ ਸਮਾਂ ਆਗਰੇ ਦੇ ਵਿੱਚ ਹੋਰ ਬਤੀਤ ਕੀਤਾ, ਸਮੂਹ ਸੰਗਤਾਂ ਮਿਲ ਮਿਲ ਆਉਂਦੀਆਂ ਮਹਾਰਾਜ ਦੇ ਦਰਸ਼ਨ ਕਰਦੀਆਂ ਨੇ, ਅਨੇਕਾਂ ਮਾਇਆ ਅਨੇਕਾਂ ਭੇਟਾਵਾਂ ਮਹਾਰਾਜ ਨੂੰ ਮੱਥਾ ਟੇਕ ਕੇ ਅਰਪਣ ਕਰਦੇ ਨੇ, ਮਹਾਰਾਜ ਸਾਹਿਬ ਜੀ ਦਾ ਜਸ ਗਾਉਂਦੇ ਗਾਉਂਦਿਆਂ ਹੋਇਆ ਗੁਰਾਂ ਦੇ ਗੁਣ ਕਹਿੰਦਿਆਂ ਹੋਇਆ
ਵੀ ਹੇ ਸੱਚੇ ਪਾਤਸ਼ਾਹ ਤੁਸੀਂ ਕਿਰਪਾਲੂ ਹੋ, ਦਿਆਲੂ ਹੋ, ਅਨਾਥਾਂ ਦੇ ਨਾਥ ਹੋ, ਨਿਮਾਣਿਆਂ ਦੇ ਮਾਣ ਹੋ। ਇਹਦਾ ਮਹਾਰਾਜ ਦਾ ਜਸ ਕਹਿ ਕੇ ਤੇ ਕਾਮਨਾ ਪੂਰੀਆਂ ਕਰਦੇ ਆਪਣੀਆਂ। ਇਸ ਆਗਰੇ ਦੇ ਵਿੱਚ ਇੱਕ ਜਵਾਹਰ ਸਿੰਘ ਨਾਮ ਦਾ ਮਹਾਰਾਜ ਦਾ ਅੰਮ੍ਰਿਤਧਾਰੀ ਸਿੰਘ ਰਹਿੰਦਾ ਏ, ਜਿਹੜਾ ਸੁਨਿਆਰੇ ਦਾ ਕੰਮ ਕਰਦਾ ਏ, ਸੁਨਾਰ ਦਾ ਕੰਮ ਕਰਦਾ ਏ ਤੇ ਸੁਨਿਆਰੇ ਦੇ ਉੱਤੇ ਜਿਹੜੀ ਜੜਤ ਬੜੀ ਸੋਹਣੀ ਕਰਦਾ, ਭਾਵ ਕਿ ਗਹਿਣਿਆਂ ਦੇ ਉੱਤੇ ਜੜਤ ਕਰਨੀ ਬੜੀ ਵਧੀਆ ਜਾਣਦਾ ਏ, ਬਹੁਤ ਵਧੀਆ ਗਹਿਣਿਆਂ ਦੇ ਵਿੱਚ ਉਹ ਫੁੱਲ ਬੂਟੀਆਂ ਬਣਾਉਣੀਆਂ ਜਾਂ ਹੋਰ ਕੋਈ ਕਲਾਕਾਰੀ ਵਿਖਾਉਣੀ ਇਹਨੂੰ ਚੰਗੀ ਤਰ੍ਹਾਂ ਜਾਣਦਾ ਏ। ਤੇ ਇਹ ਜਿਹੜਾ ਜਵਾਹਰ ਸਿੰਘ ਹੈ ਇਹਦੇ ਘਰ ਦੇ ਵਿੱਚ ਇੱਕ ਧੀ ਸੀ, ਕਹਿੰਦੇ ਵੀ ਉਹ ਕੁਮਾਰ ਅਵਸਥਾ ਦੇ ਵਿੱਚ ਹੈ। ਕੁਮਾਰ ਅਵਸਥਾ ਕਹਿ ਦਿੰਦੇ ਆ ਜੋ 16-17 ਵਰ੍ਹਿਆਂ ਦੇ ਨਜ਼ਦੀਕ ਹੈ, ਤੇ ਮਹਾਰਾਜ ਸਾਹਿਬ ਪਰਮੇਸ਼ਰ ਵੱਲੋਂ ਇਹਨੂੰ ਬੜਾ ਸੋਹਣਾ ਰੂਪ ਰੰਗ ਬਖਸ਼ਿਆ ਹੋਇਆ ਏ। ਉਹ ਜਵਾਹਰ ਸਿੰਘ ਦੀ ਜੋ ਬੱਚੀ ਹੈ ਇਹ ਗੁਰੂ ਕਲਗੀਧਰ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਸਤਿਗੁਰਾਂ ਕੋਲ ਆਈ ਚੱਲ ਕੇ, ਮਹਾਰਾਜ ਦੇ ਲਈ ਇੱਕ ਬੜੇ ਬਰੀਕ ਸੂਤ ਦਾ ਬਣਿਆ ਹੋਇਆ ਕੱਪੜਾ ਜਿਹੜਾ ਹੈ ਉਹ ਭੇਟਾ ਵਜੋਂ ਲਿਆਈ ਹੈ ਚੋਲਾ ਸਵਾਉਣ ਵਾਸਤੇ। ਇਹ ਬੱਚੀ ਮਹਾਰਾਜ ਦੇ ਚਰਨ ਕਮਲਾਂ ਦੇ ਉੱਤੇ ਨਮਸਕਾਰ ਕੀਤਾ ਇਹਨੇ ਆ ਕੇ ਜਦੋਂ ਮੱਥਾ ਟੇਕਿਆ, ਤੇ ਜਿੱਥੇ ਹੋਰ ਮਾਈ ਮਾਈਆਂ ਬੀਬੀਆਂ ਮਹਾਰਾਜ ਦੇ ਹਜ਼ੂਰ ਬੈਠੀਆਂ ਸੀ ਸਤਿਗੁਰੂ ਸਾਹਿਬ ਦੇ ਦੀਵਾਨ ਦੇ ਵਿੱਚ, ਦੀਵਾਨ ਬਹੁਤਾ ਤਾਂ ਨਹੀਂ ਸਜਿਆ, ਥੋੜ੍ਹੀ ਸੰਗਤ ਸੀ, ਕੋਈ ਮਾਈਆਂ ਹੈ ਕੁਝ ਭਾਈ ਹੈ, ਅਤੇ ਇਹ ਬੱਚੀ ਜਿਹੜੀ ਮਹਾਰਾਜ ਦੇ ਸਾਹਮਣੇ ਬੈਠ ਗਈ ਅਤੇ ਸਤਿਗੁਰੂ ਸਾਹਿਬ ਜੀ ਦੇ ਵਿੱਚੋਂ ਆਪਣੇ ਪਿਤਾ ਰੂਪ ਸਤਿਗੁਰਾਂ ਦੇ ਦਰਸ਼ਨ ਕਰਦੀ ਹੈ। ਕੁਝ ਮਹਾਰਾਜ ਦੇ ਕੋਲ ਸਿੰਘ ਉੱਥੇ ਬੈਠੇ ਹਨ, ਬਹੁਤੇ ਨਹੀਂ ਹਨ। ਬੜਾ ਸੋਹਣਾ ਬਾਗ ਹੈ ਜਿੱਥੇ ਮਹਾਰਾਜ ਨੇ ਡੇਰਾ ਕੀਤਾ ਹੈ, ਅਤੇ ਬੜੇ ਸੋਹਣੇ ਚਾਰ ਸਵੇਰੇ ਦਰਖਤ ਨੇ, ਅਤੇ ਸਤਿਗੁਰੂ ਵੀ ਦਰਖਤ ਦੀ ਛਾਂ ਹੇਠਾਂ ਬਰਾਜੇ ਹਨ। ਇਹਨੇ ਨੂੰ ਬਹਾਦਰ ਸ਼ਾਹ ਬਾਦਸ਼ਾਹ ਸਹਿਜ ਸੁਭਾਅ ਹੀ ਕਹਿੰਦੇ, ਅਚਨਚੇਤ ਹੀ ਇਸ ਪਾਸੇ ਨੂੰ ਆਇਆ, ਸੈਲ ਕਰਦਾ ਹੋਇਆ ਤੇ ਆਪਣੇ ਬਹਿਣ ਨੂੰ ਥਾਂ ਵੇਖ ਰਿਹਾ ਵੀ ਕੁਝ ਸਮਾਂ ਇੱਥੇ ਬਾਹਰ ਕਿਤੇ ਬਾਗ ਬਗੀਚੇ ਵਿੱਚ ਬਹੀਏ। ਜਦੋਂ ਜਿੱਥੇ ਮਹਾਰਾਜ ਦਾ ਡੇਰਾ ਲੱਗਾ ਹੈ ਨਾ ਦਸਮ ਪਾਤਸ਼ਾਹ ਦਾ ਬਾਗ ਦੇ ਵਿੱਚ, ਇਹ ਬਾਗ ਦੇ ਨੇੜੇ ਜਦੋਂ ਬਾਦਸ਼ਾਹ ਬਹਾਦਰ ਸ਼ਾਹ ਟਹਿਲਦਾ ਹੋਇਆ ਆਇਆ ਆਪਣੇ ਸਿਪਾਹੀਆਂ ਨਾਲ, ਇਹਨੂੰ ਪਤਾ ਲੱਗਾ ਵੀ ਇੱਥੇ ਗੁਰੂ ਕਲਗੀਧਰ ਮਹਾਰਾਜ ਵੀ ਇਸ ਵੇਲੇ ਬਾਗ ਦੇ ਵਿੱਚ ਹੀ ਬੈਠੇ ਹੋਏ ਹਨ। ਇਹਦੇ ਮਨ ਵਿੱਚ ਆਇਆ ਵੀ ਚਲੋ ਜੇ ਇੱਧਰ ਆਏ ਹਾਂ ਤੇ ਮਹਾਰਾਜ ਦੇ ਚੱਲ ਕੇ ਦਸਮ ਪਾਤਸ਼ਾਹ ਦੇ ਦਰਸ਼ਨ ਕਰੀਏ ਬਾਗ ਅੰਦਰ। ਘੋੜੇ ਤੋਂ ਉੱਤਰ ਕੇ ਸਵਾਰੀ ਤੋਂ ਤੇ ਬਾਗ ਦੇ ਵਿੱਚ ਪ੍ਰਵੇਸ਼ ਕਰ ਗਿਆ। ਮਹਾਰਾਜ ਨੂੰ ਖਬਰ ਹੋਈ ਵੀ ਬਹਾਦਰ ਸ਼ਾਹ ਆ ਰਿਹਾ, ਵੀ ਉਹਦੇ ਨਾਲ ਕੁਝ ਫੌਜਾਂ ਵੀ ਹੋਣਗੀਆਂ। ਸਤਿਗੁਰਾਂ ਨੇ ਹੁਕਮ ਕੀਤਾ ਵੀ ਇੱਥੇ ਵਿਛਾਈਆਂ ਕਰਾ ਦਿਓ, ਵੀ ਦੂਰ ਤੀਕਰ ਜੋ ਵੀ ਆਵੇਗਾ ਸਾਰੇ ਇੱਥੇ ਬੈਠ ਜਾਣਗੇ। ਬਹਾਦਰ ਸ਼ਾਹ ਦੇ ਬਹਿਣ ਵਾਸਤੇ ਵੀ ਮਹਾਰਾਜ ਨੇ ਵਿਛਾਈ ਕਰਾ ਦਿੱਤੀ। ਜਦੋਂ ਸਿੰਘਾਂ ਨੂੰ ਪਤਾ ਲੱਗਾ ਵੀ ਬਾਦਸ਼ਾਹ ਆ ਰਿਹਾ ਹੈ, ਪਹਿਲਾਂ ਥੋੜ੍ਹੇ ਕੀ ਮਹਾਰਾਜ ਦੇ ਕੋਲ ਸਨ, ਫਿਰ ਸਾਰੇ ਹੀ ਚੱਲ ਕੇ ਆ ਗਏ ਵੀ ਕਲਗੀਧਰ ਜੀ ਦੇ ਕੋਲ ਇਸ ਵੇਲੇ ਜਾਣਾ ਚਾਹੀਦਾ, ਮਹਾਰਾਜ ਦਾ ਜਾਹੋ ਜਲਾਲ ਹੋਣਾ ਚਾਹੀਦਾ। ਇੱਧਰ ਸਭ ਵਿਛਾਈ ਹੋ ਗਈ, ਸਿੰਘ ਬਹਿ ਗਏ ਤੇ ਇੱਧਰ ਬਹਾਦਰ ਸ਼ਾਹ ਆਇਆ ਤੇ ਆ ਕੇ ਮਹਾਰਾਜ ਨੂੰ ਇਹਨੇ ਮੱਥਾ ਟੇਕਿਆ। ਮਹਾਰਾਜ ਨੇ ਜਾਣ ਕੇ ਵੀ ਇੱਕ ਸਾਡਾ ਸੇਵਕ ਬਣਿਆ ਏ ਤੇ ਇੱਕ ਬਾਦਸ਼ਾਹ ਆਦਰ ਦਿੰਦਿਆਂ ਹੋਇਆ ਸਤਿਗੁਰਾਂ ਨੇੜੇ ਹੀ ਇੱਕ ਆਪਣੇ ਤੋਂ ਥੋੜ੍ਹਾ ਜਿਹਾ ਨੀਵਾਂ ਕਰਕੇ ਆਸਣ ਵਿਛਾਇਆ ਸੀ ਉਹਦੇ ਉੱਤੇ ਬਿਠਾ ਲਿਆ ਆਪਣੇ ਲਾਗੇ, ਤੇ ਜਥਾ ਯੋਗ ਜਿੰਨੇ ਬਹਿ ਸਕਦੇ ਸੀ ਬਹਿ ਗਏ, ਤੇ ਬਾਕੀ ਜਿਹੜੇ ਦੂਰ ਤੀਕਰ ਪਿੱਛੇ ਕਈ ਸਿਪਾਹੀ ਜਿਹੜੇ ਖਲੋਤੇ ਹਨ, ਫੌਜ ਹਮੇਸ਼ਾ ਬੈਠਦੀ ਨਹੀਂ, ਕਈ ਸਾਵਧਾਨ ਵੀ ਰਹਿੰਦੇ ਨੇ ਡਿਊਟੀ ਤੇ, ਤੇ ਗੁਰੂ ਕਲਗੀਧਰ ਮਹਾਰਾਜ ਦੇ ਬਹਾਦਰ ਸ਼ਾਹ ਬਾਦਸ਼ਾਹ ਸਾਹਮਣੇ ਬੈਠੇ ਹੈ, ਇਹ ਫੌਜਾਂ ਦੇ ਸਿੰਘ ਵੇਖ ਰਹੇ ਹਨ ਖਲੋਤੇ ਹੋਏ। ਤੇ ਉਹ ਜੋ ਜਵਾਹਰ ਸਿੰਘ ਸਿੱਖ ਸੀ ਉਹਦੀ ਜਿਹੜੀ ਬੱਚੀ ਮਹਾਰਾਜ ਸਾਹਿਬ ਜੀ ਨੂੰ ਆਈ ਹੈ ਨਮਸਕਾਰ,
ਸਤਿਕਾਰ ਕਰਨ। ਭਾਵੇਂ ਬਹਾਦਰ ਸ਼ਾਹ ਆ ਗਿਆ ਏ ਤੇ ਇਹ ਮਹਾਰਾਜ ਸਾਹਿਬ ਦੇ ਦਰਸ਼ਨ ਕਰਦੀ ਹੋਈ ਉੱਥੇ ਸੰਗਤ ਵਿੱਚ ਹੀ ਬੈਠੀ ਰਹੀ, ਉੱਠ ਕੇ ਪਰਾਂ ਨਹੀਂ ਗਈ। ਇਹਦੇ ਮਨ 'ਚ ਕੋਈ ਸੰਕੋਚ ਕੋਈ ਸ਼ੰਕਾ ਨਹੀਂ, ਪਤਾ ਹੈ ਵੀ ਪਿਤਾ ਸਤਿਗੁਰੂ ਕਲਗੀਧਰ ਮਹਾਰਾਜ ਸਾਹਿਬ ਜੀ ਸਾਡੇ ਅੰਮ੍ਰਿਤਧਾਰੀਆਂ ਦੇ ਪਿਤਾ ਹਨ, ਵੀ ਸਤਿਗੁਰਾਂ ਦੇ ਹੁੰਦੇ ਆ, ਮੈਨੂੰ ਕਾਹਦਾ ਸੰਕੋਚ ਹੈ ਇਸ ਭਾਵਨਾ ਨੂੰ ਲੈ ਕੇ। ਜਵਾਹਰ ਸਿੰਘ ਦੀ ਉਹ ਬੱਚੀ ਉੱਥੇ ਹੀ ਬੈਠੀ ਰਹੀ। ਬਹਾਦਰ ਸ਼ਾਹ ਮਹਾਰਾਜ ਦੇ ਨੇੜੇ ਬੈਠਾ ਤੇ ਜਦੋਂ ਇਹਨੇ ਉਹ ਜਵਾਹਰ ਸਿੰਘ ਦੀ ਬੱਚੀ ਨੂੰ ਸੰਗਤ ਦੇ ਵਿੱਚ ਬੈਠਿਆਂ ਵੇਖਿਆ, ਆ ਪਰਮੇਸ਼ਰ ਵੱਲੋਂ ਜੋ ਸਰੀਰ ਦਾ ਰੂਪ ਰੰਗ ਸੀ ਉਹ ਸੋਹਣਾ ਹੈ, ਕਿਉਂਕਿ ਮਾਲਕ ਦੇ ਰੰਗ ਨੇ ਉਹ ਜਿਹਨੂੰ ਮਰਜ਼ੀ ਜਿੱਦਾਂ ਦਾ ਸਰੂਪ ਬਖਸ਼ ਸਕਦਾ ਹੈ। ਇਹ ਸੁਭਾਵਿਕ ਹੈ ਵੀ ਮਹਾਰਾਜ ਕਿਸੇ ਦੀ ਸੁੰਦਰਤਾ ਵੇਖਦੇ ਹੈ ਤੇ ਉਹ ਕਹਿੰਦੇ ਆ ਵੀ ਪਰਮੇਸ਼ਰ ਇਹ ਵੀ ਤੇਰੀ ਬਖਸ਼ੀ ਹੈ, ਤੇ ਵਿਕਾਰੀ ਬੰਦਾ ਜਿਹੜਾ ਵੇਖ ਕਰਕੇ ਤੇ ਆਪਣੀ ਗੰਦਗੀ ਜ਼ਾਹਰ ਕਰਦਾ ਹੈ। ਸੁੰਦਰਤਾ ਕਿਸੇ ਦਾ ਸੁੰਦਰ ਸਰੂਪ ਹੋਵੇ ਉਹਨੂੰ ਵੇਖਣ 'ਚ ਫਰਕ ਹੈ, ਕੋਈ ਵੇਖੇਗਾ ਕਿ ਆਖੇਗਾ ਵੀ ਇਹ ਪਰਮੇਸ਼ਰ ਦੀ ਬਖਸ਼ੀ ਸੁੰਦਰਤਾ ਹੈ ਸਰੀਰਾਂ ਨੂੰ, ਕੋਈ ਵੇਖੇਗਾ ਤੇ ਉਹ ਆਪਣੀ ਗੰਦਗੀ ਜ਼ਾਹਰ ਕਰੇਗਾ। ਬਹਾਦਰ ਸ਼ਾਹ ਬੈਠਾ ਮਹਾਰਾਜ ਦੀ ਹਜ਼ੂਰੀ 'ਚ ਹੈ, ਪਰ ਹੈ ਰਾਜਾ ਹੈ ਨਾ, ਵੀ ਕਿਹੜਾ ਕੋਈ ਇਹ ਸੰਤ ਮਹਾਂਪੁਰਖ ਹੈ, ਵਿਕਾਰੀ ਬੰਦਾ ਹੈ, ਤੇ ਵਿਕਾਰੀ ਬੰਦਾ ਭਾਵੇਂ ਸੰਗਤ 'ਚ ਵੀ ਬੈਠਾ ਹੋਵੇ ਤੇ ਇੱਥੇ ਵੀ ਲਿਹਾਜ਼ ਨਹੀਂ ਕਰਦਾ, ਮਹਾਰਾਜ ਦੀ ਸ਼ਰਮ ਨਹੀਂ ਕਰਦਾ। ਅਤੇ ਬਹਾਦਰ ਸ਼ਾਹ ਦੀ ਨਿਗਾਹ ਜਦੋਂ ਸਿੱਖ ਬੱਚੀ ਦੇ ਸਰੂਪ 'ਤੇ ਗਈ ਤੇ ਇਹਦੇ ਅੰਦਰ ਮੰਦੀ ਵਾਸ਼ਨਾ ਆਈ ਹੈ। ਇਹੋ ਜਿਹਾ ਰਾਜਿਆਂ ਦੇ ਮਨ 'ਚ ਇਹੀ ਹੁੰਦਾ ਸੀ ਵੀ ਜਿਹਨੂੰ ਵੇਖਣਾ ਵੀ ਇਹਦੇ ਨਾਲ ਮੈਂ ਨਿਕਾਹ ਕਰ ਲਵਾਂ ਵੀ ਆਪਣੇ ਮਹਿਲਾਂ ਵਿੱਚ ਲੈ ਚੱਲਾਂ। ਆ ਕਹਿੰਦੇ ਉਸੇ ਵੇਲੇ ਇਹਦਾ ਮਨ ਜਿਹੜਾ ਮਹਾਰਾਜ ਦੇ ਹਜ਼ੂਰੀ 'ਚ ਬੈਠਾ ਏ ਪਰ ਗੰਦੇ ਖਿਆਲ ਆਉਣ ਲੱਗ ਪਏ। ਬਸ ਉੱਧਰ ਨੂੰ ਵੇਖੀ ਜਾ ਰਿਹਾ, ਇੱਧਰ ਉੱਧਰੋਂ ਧਿਆਨ ਜਿਹਾ ਜਿਹੜਾ ਗੱਲਾਂ ਬਾਤਾਂ ਹੋਰ ਪਾਸੇ ਕਰ ਰਿਹਾ ਹੈ, ਵੀ ਧਿਆਨ ਉਹ ਸਿੱਖ ਬੱਚੀ ਵੱਲ ਕੀਤਾ ਏ। ਹਾਲਾਂਕਿ ਮਹਾਰਾਜ ਕਲਗੀਧਰ ਸਾਹਿਬ ਜੀ ਕਿਉਂਕਿ ਲਾਗੇ ਤਖ਼ਤ ਦੇ ਸੁਭਾਏ ਮਾਨ ਹਨ ਤੇ ਮਹਾਰਾਜ ਕੋ ਸ਼ੰਕਾ ਵੀ ਕਰਦਾ ਏ ਸਤਿਗੁਰਾਂ ਦੇ ਹੋਣ ਕਰਕੇ ਸੰਕੋਚ ਵੀ ਕਰਦਾ ਏ, ਪਰ ਮਹਾਰਾਜ ਸਾਹਿਬ ਦੀ ਹਜ਼ੂਰੀ ਦੇ ਵਿੱਚ ਬੈਠਿਆ ਹੋਇਆ ਵੀ ਇਹ ਵਿਕਾਰੀ ਰਾਜਾ ਕਹਿੰਦੇ ਵੀ ਇਹ ਉੱਧਰ ਨੂੰ ਝਾਕੀ ਗਿਆ, ਇਹ ਦੂਜੇ ਪਾਸੇ ਧਿਆਨ ਨਹੀਂ ਇਹਨੇ ਕੀਤਾ। ਏਦਾਂ ਜਦੋਂ ਕਹਿੰਦੇ ਵੀ ਮੰਦੀ ਵਾਸ਼ਨਾ ਬਹਾਦਰ ਸ਼ਾਹ ਦੇ ਅੰਦਰ ਪੈਦਾ ਹੋਏ, ਕਈ ਤਰ੍ਹਾਂ ਦੀਆਂ ਗੱਲਾਂ ਇੱਧਰ ਉੱਧਰ ਦੀਆਂ ਕਰੀ ਜਾਂਦਾ, ਧਿਆਨ ਜਿਹਾ ਜਿਹੜਾ ਇਹਦਾ ਮੰਦੇ ਪਾਸੇ ਆ ਤੇ ਉਹ ਸਮਾਂ ਜਿਹਾ ਲੰਘਾਉਣ ਨੂੰ ਕਈ ਤਰ੍ਹਾਂ ਦੀਆਂ ਮਹਾਰਾਜ ਨਾਲ ਗੱਲਾਂ ਬਾਤਾਂ ਕਰਦਾ ਏ। ਏਦਾਂ ਹੀ ਮਹਾਰਾਜ ਦੇ ਕੋਲ ਮੈਂ ਕੁਝ ਸਮਾਂ ਬੈਠਾ ਰਹਾ, ਇੱਦਾਂ ਗੱਲਾਂ ਕਰਦਿਆਂ ਹੋਇਆ ਫਿਰ ਕਲਗੀਧਰ ਸਾਹਿਬ ਜੀ ਨੂੰ ਪੁੱਛਣ ਲੱਗਾ, ਕਹਿੰਦਾ ਮਹਾਰਾਜ ਜਿਹੜਾ ਸਾਡਾ ਮੁਸਲਮਾਨ ਮਤ ਹੈ ਨਾ, ਸਾਡਾ ਜਿਹੜਾ ਮਜ਼ਹਬ ਹੈ, ਉਹ ਸਾਡੇ ਇਹ ਗੱਲ ਕਹੀ ਜਾਂਦੀ ਹੈ ਵੀ ਜਿਹੜਾ ਇੱਕ ਵਾਰ ਤਨੋ ਮਨੋ ਹੋ ਕੇ ਕਲਮਾ ਪੜ੍ਹ ਲੈਂਦਾ ਹੈ ਤੇ ਜਿਹੜਾ ਹਿੱਤ ਚਿੱਤਰ ਕਰਕੇ ਜਿਹੜਾ ਦਿਲ ਦੇ ਪਿਆਰ ਨਾਲ ਕਲਮਾ ਪੜ੍ਹਦਾ ਹੈ ਉਹ ਮੁਸਲਮਾਨ। ਕਲਮਾ ਪੜ੍ਹਨ ਵਾਲਾ ਕਹਿੰਦੇ ਵੀ ਕਿਸੇ ਢੰਗ ਦੇ ਨਾਲ ਵੀ ਦੋਜਕਾਂ ਦੀ ਅੱਗ ਵਿੱਚ ਨਹੀਂ ਸੜਦਾ, ਜਿਵੇਂ ਆਪਣੇ ਆਮ ਕਹਿ ਦਿੰਦੇ ਨਾ ਵੀ ਆਪਾਂ ਨਰਕਾਂ 'ਚ, ਮੁਸਲਮਾਨ ਦੋਜਕਾਂ ਵਿੱਚ ਕਹਿ ਦਿੰਦੇ ਆ। ਵੀ ਮਹਾਰਾਜ ਜਿਹੜਾ ਕਲਮਾ ਪੜ੍ਹ ਲੈਂਦਾ ਏ ਸਾਧ ਸੰਗਤ, ਕਲਮਾ ਇੱਕ ਮੰਨੋ ਵੀ ਇਹਨਾਂ ਦਾ ਮੰਤਰ ਹੈ, ਜਦੋਂ ਕਿਸੇ ਨੂੰ ਮੁਸਲਮਾਨ ਬਣਾਉਣਾ ਹੋਵੇ ਉਦੋਂ ਉਹਨੂੰ ਕਲਮਾ ਪੜ੍ਹਾਇਆ ਜਾਂਦਾ ਏ ਤੇ ਉਂਝ ਵੀ ਪੜ੍ਹਦੇ ਰਹਿੰਦੇ ਆ, ਜਾਂ ਇੱਕ ਵਾਰ ਜਿਹਨੇ ਪੜ੍ਹ ਲਿਆ। ਬਹਾਦਰ ਸ਼ਾਹ ਕਹਿੰਦਾ ਮਹਾਰਾਜ ਜਿਹਨੇ ਕਲਮਾ ਪੜ੍ਹ ਲਿਆ ਭਾਵ ਜਿਹੜਾ ਮੁਸਲਮਾਨ ਬਣ ਗਿਆ ਉਹ ਦੋਜਕਾਂ ਦੀ ਅੱਗ ਵਿੱਚ ਨਹੀਂ ਸੜਦਾ, ਨਰਕਾਂ 'ਚ ਨਹੀਂ ਪੈਂਦਾ, ਸਾਡਾ ਇਹ ਮਤ ਹੈ। ਉਹ ਕਹਿੰਦੇ ਵੀ ਸੁਧਾ ਬਹਿਸ਼ਤਾਂ 'ਚ ਜਾਂਦਾ ਹੈ, ਸਵਰਗਾਂ ਜਾਂਦਾ ਤੇ ਅਨੇਕ ਹੀ ਸੁੱਖ ਭੋਗਦਾ ਹੈ ਜਿਹਨੇ ਇੱਕ ਵਾਰ ਕਲਮਾ ਪੜ੍ਹ ਲਿਆ ਮੁਸਲਮਾਨ ਹੋ ਗਿਆ ਜਿਹੜਾ। ਇੱਦਾਂ ਗਿਆਨੀ ਗਿਆਨ ਸਿੰਘ ਜੀ ਨੇ ਨਾਲ ਹੋਰ ਵੀ ਖੋਲ੍ਹ ਕੇ ਲਿਖਿਆ, ਕਹਿੰਦੇ ਵੀ ਬਹਾਦਰ ਸ਼ਾਹ ਕਹਿਣ ਲੱਗਾ ਮਹਾਰਾਜ ਸਾਡੇ ਮਜ਼ਹਬ ਦੇ ਵਿੱਚ ਆਪਣੀ ਸਗੀ ਭੈਣ ਤੇ ਮਾਤਾ ਨੂੰ ਛੱਡ ਕੇ ਬਾਕੀ ਜਿਹਦੇ ਨਾਲ ਮਰਜ਼ੀ ਨਿਕਾਹ ਕਰ ਸਕਦੇ ਹੈ, ਤੇ ਕਹਿੰਦੇ ਵੀ ਜਿਹਦੇ ਨਾਲ ਮਰਜ਼ੀ ਨਿਕਾਹ ਹੋ ਜਾਵੇ, ਜੋ ਮਰਜ਼ੀ ਕੋਈ ਕਿਸੇ ਕੋਲ ਭੋਲਾ ਹੋ ਜਾਵੇ, ਕਹਿੰਦੇ ਆ ਵੀ ਕਲਮਾ ਪੜ੍ਹਨ ਵਾਲਾ ਨਰਕਾਂ 'ਚ ਨਹੀਂ ਪੈਂਦਾ, ਕਲਮਾ ਪੜ੍ਹ ਲਿਆ ਜਿਹਨੇ ਉਹ ਸਿੱਧਾ ਸਵਰਗਾਂ ਜਾਂਦਾ। ਤੇ ਮਹਾਰਾਜ ਦੇ ਪਾਸ ਸਾਡਾ ਇਹ ਖਿਆਲ ਹੈ
ਤੇ ਕਿਰਪਾ ਕਰਕੇ ਤੁਸੀਂ ਦੱਸੋ ਵੀ ਤੁਹਾਡਾ ਕੀ ਮਤ ਹੈ। ਤੇ ਸੁਣ ਕੇ ਬਹਾਦਰ ਸ਼ਾਹ ਦੇ ਕੋਲੋਂ ਉਸ ਵੇਲੇ ਕਲਗੀਧਰ ਜੀ ਨੇ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਵੀ ਜਿਹੜੀ ਗੱਲ ਤੂੰ ਕਹਿਣਾ ਹੈ ਨਾ ਵੀ ਸਵਰਗਾਂ 'ਚ ਜਾਂਦਾ ਸੁੱਖਾਂ ਨੂੰ ਭੋਗਦਾ ਏ ਉਹ ਜਿਹੜਾ ਕਰਮਾਂ ਪੜ੍ਹਦਾ ਏ। ਮਹਾਰਾਜ ਕਹਿੰਦੇ ਇੱਦਾਂ ਨਹੀਂ ਗੱਲ ਬਣਦੀ ਹੁੰਦੀ ਵੀ ਕਲਮਾਂ ਪੜ੍ਹ ਲਿਆ ਦੇ ਸਿੱਧਾ ਸੱਚਖੰਡ ਨੂੰ ਚਲੇ ਗਏ। ਕਹਿੰਦੇ ਜਿਹੋ ਜਿਹਾ ਕਿਸੇ ਨੇ ਕਰਮ ਕੀਤਾ ਹੈ ਉਸੇ ਤਰ੍ਹਾਂ ਦਾ ਹੀ ਉਹਨੂੰ ਫਲ ਮਿਲਦਾ ਏ। ਇੱਦਾਂ ਥੋੜਾ ਗੱਲ ਬਣਦੀ ਹੈ ਵੀ ਕੋਈ ਕਲਮਾਂ ਪੜ੍ਹ ਲਵੇ ਤੇ ਖੋਟ ਕਮਾਉਂਦਾ ਰਹੇ। ਉਦੋਂ ਬਹਾਦਰ ਸ਼ਾਹ ਨੂੰ ਮਹਾਰਾਜ ਉਪਦੇਸ਼ ਦੇ ਰਹੇ ਹੁਣ ਸਾਨੂੰ ਸਾਰਿਆਂ ਲਈ ਹੋਈ ਹੈ ਵੀ ਕੋਈ ਆਖੇ ਵੀ ਅਸੀਂ ਤੇ ਹੁਣ ਜੀ ਅੰਮ੍ਰਿਤਧਾਰੀ ਹੋ ਗਏ ਹਾਂ ਤੇ ਕੰਮ ਮਾੜੇ ਕਰੀ ਜਾਵੇ ਉੱਤੋਂ ਧਰਮ ਦਾ ਚੋਲਾ ਹੋਵੇ। ਪਾਤਸ਼ਾਹ ਕਹਿੰਦੇ ਵੀ ਕੋਈ ਕਲਮਾ ਪੜ੍ਹ ਲਵੇ ਤੇ ਪਰ ਕੰਮ ਮਾੜੇ ਕਰੀ ਜਾਵੇ ਭੈੜੇ ਕਰਮ ਗੰਦੇ ਕੰਮ ਕਰੇ ਉਹਨੂੰ ਮਹਾਰਾਜ ਕਹਿੰਦੇ ਵੀ ਨਰਕਾਂ ਦੇ ਸੰਕਟ ਤੋਂ ਛੋਟ ਨਹੀਂ ਮਿਲੇਗੀ ਵੀ ਇਹਨੇ ਕਲਮਾ ਪੜ੍ਹਿਆ ਏ ਜੇ ਕਰਮ ਮਾੜੇ ਕੀਤੇ ਆ ਆਚਰਣ ਭੈੜਾ ਏ ਤੇ ਜ਼ਰੂਰ ਨਰਕਾਂ 'ਚ ਹੀ ਜਾਵੇਗਾ ਭਾਵੇਂ ਉਹ ਕਲਮੇ ਪੜ੍ਹੇ ਭਾਵੇਂ ਜਿੱਡਾ ਮਰਜ਼ੀ ਉਹ ਆਪਣੇ ਆਪ ਨੂੰ ਧਰਮੀ ਅਖਵਾਵੇ ਤੇ ਅਨੇਕਾਂ ਤਰ੍ਹਾਂ ਦੇ ਉਹ ਕਸ਼ਟ ਭੋਗਦਾ ਹੈ ਨਰਕਾਂ ਵਿੱਚ ਪੈ ਕੇ। ਇਸ ਕਰਕੇ ਕਲਗੀਧਰ ਸਾਹਿਬ ਕਹਿੰਦੇ ਬਹਾਦਰ ਸ਼ਾਹ ਕਲਮਾ ਨਹੀਂ ਉਹਨੂੰ ਬਚਾ ਸਕਦਾ ਜੇ ਕਰਮ ਮਾੜੇ ਕਰੋਗੇ ਤੇ ਨਰਕਾਂ 'ਚ ਜ਼ਰੂਰ ਪਵੋਗੇ। ਸੁਣ ਕੇ ਬਹਾਦਰ ਸ਼ਾਹ ਕਹਿੰਦਾ ਮਹਾਰਾਜ ਸਾਡੇ ਮਤ ਵਿੱਚ ਮੁਸਲਮਾਨ ਤਾਂ ਇੱਦਾਂ ਕਹਿੰਦੇ ਹਨ ਵੀ ਜਿਹੜਾ ਕਲਮਾ ਪੜ੍ਹ ਲੈਂਦਾ ਏ ਉਹਨੂੰ ਕਲਮਾ ਬਚਾ ਲੈਂਦਾ ਏ ਉਹਦਾ ਉਧਾਰ ਕਰ ਦਿੰਦਾ ਏ ਉਹਦੀ ਕਲਿਆਣ ਕਰ ਦਿੰਦਾ ਏ। ਫਿਰ ਮਹਾਰਾਜ ਤੁਸੀਂ ਦੱਸੋ ਵੀ ਇਹ ਗੱਲ ਜਿਹੜੀ ਹੈ ਸਾਡੇ ਬਜ਼ੁਰਗਾਂ ਨੇ ਝੂਠ ਕਹੀ ਹੈ ਤੇ ਜਾਂ ਸੱਚ ਕਿਹਾ ਹੈ ਵੀ ਕਲਮਾ ਪੜ੍ਹਨ ਵਾਲਾ ਉਹ ਤਾਂ ਕਹਿੰਦੇ ਆ ਵੀ ਨਰਕਾਂ 'ਚ ਨਹੀਂ ਜਾਂਦਾ ਤੁਸੀਂ ਕਹਿੰਦੇ ਹੋ ਵੀ ਜੇ ਕਲਮਾ ਪੜ੍ਹਿਆ ਹੋਵੇ ਤੇ ਮਾੜੇ ਕੰਮ ਕੀਤੇ ਹੋਣ ਤੇ ਤਾਂ ਵੀ ਨਰਕਾਂ 'ਚ ਪਵੇਗਾ। ਮਹਾਰਾਜ ਮੈਨੂੰ ਪਤਿਆਵਾ ਕਿਵੇਂ ਆਵੇ ਮੈਨੂੰ ਕਿਵੇਂ ਭਰੋਸਾ ਆਵੇ ਵੀ ਸਾਡੇ ਜਿਹੜੇ ਮੁਸਲਮਾਨ ਹੈ ਇਹ ਗੱਲ ਝੂਠੀ ਕਹਿੰਦੇ ਆ ਜਾਂ ਮਹਾਰਾਜ ਤੁਹਾਡਾ ਵਚਨ ਝੂਠਾ ਏ ਤੇ ਬਿਨਾਂ ਜਾਣੇ ਤੋਂ ਬਿਨਾਂ ਸਮਝੇ ਤੋਂ ਮੈਨੂੰ ਭਰੋਸਾ ਨਹੀਂ ਆਵੇਗਾ ਵੀ ਤੁਸੀਂ ਸੱਚ ਕਹਿ ਰਹੇ ਕਿਉਂਕਿ ਮੈਨੂੰ ਤਾਂ ਇੱਦਾਂ ਲੱਗਦਾ ਹੈ ਵੀ ਜੋ ਇਹ ਲਿਖਿਆ ਹੈ ਨਾ ਬਿਲਕੁਲ ਸੱਚਾ ਹੀ ਲਿਖਿਆ ਵੀ ਜਿਹੜਾ ਮੁਸਲਮਾਨ ਕਲਮਾ ਪੜ੍ਹ ਲੈਂਦਾ ਹੈ ਜੋ ਮਰਜ਼ੀ ਹੋ ਜਾਵੇ ਉਹਦੀ ਮੁਕਤੀ ਹੋ ਜਾਂਦੀ ਮੇਰੇ ਮਨ 'ਚ ਤਾਂ ਇਹੀ ਪਾਉਂਦਾ ਹੈ। ਸਾਹਿਬ ਕਹਿੰਦੇ ਬਹਾਦਰ ਸ਼ਾਹ ਤੇਰਾ ਨਿਰਣਾ ਹੁਣੇ ਹੀ ਕਰ ਦਿੰਦੇ ਆਪਣਾ ਖਜ਼ਾਨਚੀ ਸਿੰਘ ਮਹਾਰਾਜ ਨੇ ਸੱਦਿਆ ਆਵਾਜ਼ ਮਾਰੀ ਵੀ ਸਿੰਘਾ ਆ ਖਜ਼ਾਨਚੀਆ। ਜਦੋਂ ਮਹਾਰਾਜ ਦੇ ਕੋਲ ਆਇਆ ਤੇ ਕਹਿੰਦਾ ਪਾਤਸ਼ਾਹ ਹੁਕਮ ਕਰੋ ਆਪਣੇ ਨੇੜੇ ਆਇਆ ਖਜ਼ਾਨਚੀ ਨੂੰ ਵੇਖ ਕੇ ਸਾਹਿਬ ਜੀ ਕਹਿਣ ਲੱਗੇ ਸਤਿਗੁਰੂ ਕਹਿੰਦੇ ਜਾ ਬਾਈ ਇੱਕ ਵੱਖਰਾ ਜਿਹਾ ਕਰਕੇ ਆਪਾਂ ਆਪਣੇ ਖਜ਼ਾਨੇ 'ਚ ਇੱਕ ਚਾਂਦੀ ਦਾ ਰੁਪਈਆ ਰੱਖਿਆ ਏ ਜਿਸ ਚਾਂਦੀ ਦੇ ਰੁਪਈਏ ਦੇ ਉੱਤੇ ਕਲਮਾ ਵੀ ਲਿਖਿਆ ਹੋਇਆ ਏ ਤੇ ਹਿਜਰੀ ਸੰਨ ਵੀ ਲਿਖੀ ਹੈ ਕਿਉਂਕਿ ਬਾਦਸ਼ਾਹ ਦਾ ਰਾਜ ਮੁਸਲਮਾਨਾਂ ਦਾ ਸੀ ਨਾ ਤੇ ਜਿਹਦਾ ਰਾਜ ਹੁੰਦਾ ਉਹਦੀ ਮੋਹਰ ਲੱਗਦੀ ਸੀ ਤੇ ਮੁਸਲਮਾਨਾਂ ਦਾ ਰਾਜ ਹੈ ਤੇ ਰਜਤਪਣ ਦੇ ਚਾਂਦੀ ਦੇ ਰੁਪਈਏ ਦੇ ਉੱਤੇ ਕਲਮੇ ਦੇ ਅੱਖਰ ਲਿਖੇ ਹੋਏ ਸਨ ਜਿਹਦੇ ਨਾਲ ਮੁਸਲਮਾਨ ਬਣਾਉਂਦੇ ਨੇ ਤੇ ਮਹਾਰਾਜ ਕਹਿੰਦੇ ਆਪਣੇ ਖਜ਼ਾਨੇ 'ਚ ਇੱਕ ਚਾਂਦੀ ਦਾ ਰੁਪਈਆ ਏ ਜਿਹਦੇ ਉੱਤੇ ਹਿਜਰੀ ਸੰਮਤ ਵੀ ਲਿਖੀ ਹੈ ਵੀ ਇਹ ਹੁਣ ਮੁਸਲਮਾਨਾਂ ਦੇ ਰਾਜ ਦੇ ਸਮੇਂ ਦਾ ਹੀ ਹੈ ਜਿੱਥੋਂ ਨਿਸ਼ਾਨੀ ਹੋਏਗੀ ਤੇ ਨਾਲ ਹੀ ਉਹਦੇ ਉੱਤੇ ਕਲਮਾ ਵੀ ਲਿਖਿਆ ਉਹ ਲੈ ਕੇ ਆ ਤੇ ਨਾਲ ਮਹਾਰਾਜ ਕਹਿੰਦੇ ਉਹ ਲੈ ਕੇ ਆ। ਜਦੋਂ ਸਤਿਗੁਰੂ ਸਾਹਿਬ ਜੀ ਦਾ ਹੁਕਮ ਹੋਇਆ ਲੈ ਕੇ ਆਇਆ ਕਹਿੰਦੇ ਪਾਤਸ਼ਾਹ ਹੁਣ ਸਾਹਿਬ ਕਹਿੰਦੇ ਇੱਦਾਂ ਕਰ ਵੀ ਇਹ ਚਾਂਦੀ ਦਾ ਜਿਹੜਾ ਰੁਪਈਆ ਇਹ ਲੈ ਜਾ ਤੇ ਬਾਦਸ਼ਾਹ ਨੂੰ ਕਹਿੰਦੇ ਆਪਣਾ ਵੀ ਕੋਈ ਸਿਪਾਹੀ ਦੇ ਵੀ ਮੁੜ ਕੇ ਆਖੇਗਾ ਵੀ ਪਤਾ ਨਹੀਂ ਝੂਠ ਬੋਲਿਆ ਤੇ ਬਾਦਸ਼ਾਹ ਦੇ ਕੋਲੋਂ ਇੱਕ ਸਿਪਾਹੀ ਨਾਲ ਤੋਰ ਕੇ ਤੇ ਉਹ ਖਜ਼ਾਨਚੀ ਨੂੰ ਮਹਾਰਾਜ ਕਹਿੰਦੇ ਵੀ ਬਾਜ਼ਾਰ ਵਿੱਚ ਚਲੇ ਜਾਓ ਵੀ ਜਿੱਥੇ ਆ ਪਾਤਸ਼ਾਹ ਦਾ ਬਾਜ਼ਾਰ ਹੈ ਨਾ ਜਿੱਥੇ ਫੌਜਾਂ ਸੌਦਾ ਲੈਂਦੀਆਂ ਨੇ ਜਿਵੇਂ ਅੱਜ ਕੱਲ੍ਹ ਕਹਿੰਦੇ ਨਾ ਵੀ ਫੌਜ ਦੀ ਕੰਟੀਨ ਹੈ ਇੱਕ ਤਾਂ ਆਮ ਦੁਕਾਨਾਂ ਨੇ ਇੱਕ ਫੌਜ ਦੀ ਸਪੈਸ਼ਲ ਜਿਵੇਂ ਦੁਕਾਨ ਹੈ ਇਵੇਂ ਆਗਰੇ ਦੇ ਵਿੱਚ ਬਾਦਸ਼ਾਹ ਦੀ ਫੌਜ ਦੇ ਵਾਸਤੇ ਸੌਦਾ ਵੇਚਣ ਖਰੀਦਣ ਦੇ ਲਈ ਸਮਾਨ ਦੁਕਾਨਾਂ ਬਣੀਆਂ ਸੀ
महाराज कहिंदे जो बादशाही बाजार है उहदे विच जा के उहदा भाण करा लियाओ, टके जिहड़े करा लो, भाव के इस रुपये नूं तड़ा के उहदे चिल्लर करा लियाओ। बैठियो साहो शिकर तूं जाओ, आपी बादशाही ते बैठा है भी इहदा निर्णा करना है भी कलमे पढ़े दा फायदा है जां नहीं है, ते कर्मां दा फल मिलदा जां नहीं मिलदा। सतगुरां ने इदां कह के ते खजानची नूं भेजिया सिंघ नूं, ते नाल इक बादशाह दा बंदा भेज दित्ता। अमरे निकट अबैध है आओ, महाराज कहिंदे जाओ भी छेती जा के ते इहनूं तड़ा के इहदे खुले पैसे करा के साडे कोल लै आओ। टके हुंदे सन उदों जिहड़ा रजतपण हुंदा सी इह टकियां विच वंडिया जांदा, जिवें अज किसे कोल 100 रुपया होवे ते उह खुले करा लियावे, दसां दसां पंजां पंजां दे रुपये दे लै आवे। इदां महाराज कहिंदे भी इह जिहड़ा है ना इहनूं खुला करा के इहदे टके साडे कोल लै आ। महाराज की आग्या लै के खजानची जिहड़ा सी इक सिपाही नूं नाल लै के चला गया। जा के उहने बाजार दे विच जिथे सराफ बैठा सी उहनूं चांदी दा रुपया दे दित्ता। कहिण लगा शाहूकार जी आ जिहड़ा रजतपण है ना इहदे मैनूं टके कर दिओ, इहदा मैनूं भाण कर दिओ छेती। जिन्ना के दा तुहानूं मुल लगदा है ना भी जिन्ना के दा मुल है जिन्नी के दी कीमत है अपने हिसाब नाल उहदी कीमत पा के ते इहदे खुले रुपये पैसे दे दिओ। जदों सराफ ने हथ दे विच लिया ते अपने चंगी तरह टोटा के वेखिया ते वगा के उह जिहड़ा चांदी दा रुपया सी बाहर सुट दित्ता। कहिण लगा उह जा हेरा फेरी करदा, खोटा लिया के रुपया ते मैनूं कहिंदा भी इहदे टके कर दिओ, इह नहीं चलना, इहदा ते कौडियां मुल वी नहीं पैणा। एक ने जदों वगा के मारिया ते फिर सिख ने चुकिया लै के एक होर अट्टी दे दूजी ते तीजी दे जिहदे कोल जांदे आ जदों वेखदा ते वगा के बाहर मारदा, कहिंदा भी हेरा फेरियां करदे फिरदे ओ खोटे रुपये भी कदे चले आ। जदों चार पंज हट्टियां दे कवि जी कहिंदे भी इहनां फिरके वेखिया पर किसी ने भी ਉਹ ਚਾਂਦੀ ਦੇ ਰੁਪਈਏ ਦੇ ਛੁੱਟੇ ਦੇਣੇ ਉਹਦਾ ਭਾਣ ਦੇਣਾ ਨਾ ਮੰਨਿਆ, ਸਗੋਂ ਔਖੇ ਹੋਏ ਅੱਗੋਂ। ਤੇ ਸਰਾਫ ਨੇ ਤਾਂ ਕਹਿੰਦੇ ਵੀ ਆਪਣੇ ਹੱਥ ਦੇ ਵਿੱਚ ਹੀ ਨਹੀਂ ਲਿਆ, ਵੇਖਦੇ ਆ ਸਾਰੀ ਵਗਾਹ ਕੇ ਬਾਹਰ ਮਾਰਿਆ। ਉਹ ਜਿਹੜਾ ਸਿੱਖ ਸੀ ਸਿਪਾਹੀ ਦੇ ਨਾਲ ਗਿਆ ਉਹ ਵਾਪਸ ਆਇਆ ਤੇ ਆ ਕੇ ਕਲਗੀਧਰ ਜੀ ਨੂੰ ਕਹਿਣ ਲੱਗਾ, ਮਹਾਰਾਜ ਆ ਜਿਹੜੇ ਚਾਂਦੀ ਦਾ ਰੁਪਈਆ ਹੈ ਨਾ ਇਹਨੂੰ ਕੋਈ ਸਰਾਫ ਕਦੀ ਵੀ ਨਹੀਂ ਲੈਂਦਾ, ਉਹ ਕਹਿੰਦੇ ਵੀ ਸਾਡੀਆਂ ਅੱਖਾਂ ਤੋਂ ਪਰੇ ਹੋ ਜਾ। ਜਿਹੜੇ ਵੀ ਮਹਾਰਾਜ ਦੁਕਾਨ ਵਾਲੇ ਨੂੰ ਜਾ ਕੇ ਮੈਂ ਇਹ ਰੁਪਈਆ ਦਿੱਤਾ ਚਾਂਦੀ ਦਾ ਵੀ ਇਹਦੇ ਟਕੇ ਕਰਦੇ ਖੁੱਲੇ ਕਰਦੇ ਤਾਂ ਉਹ ਵੇਖ ਕੇ ਖੋਟਾ ਰੁਪਈਆ। ਮਹਾਰਾਜ ਬੜਾ ਗੁੱਸਾ ਧਾਰ ਕੇ ਹੱਥ ਦੇ ਵਿੱਚ ਪਕੜ ਕੇ ਇਹਦੇ ਟਕੇ ਕਰਕੇ ਤਾਂ ਦੇਣੇ ਮਹਾਰਾਜ ਕਿਤੇ ਰਹੇ, ਸਗੋਂ ਭੈੜੇ ਬੋਲ ਬੋਲ ਕੇ ਅੱਗੋਂ ਝਿੜਕਦੇ ਕਹਿੰਦੇ ਬੇਈਮਾਨੀਆਂ ਕਰਦਾ ਫਿਰਦਾ ਓਏ, ਸਿੱਖ ਤਾਂ ਗੁਰੂ ਦਾ ਲੱਗਦਾ ਏ ਤੇ ਖੋਟੇ ਰੁਪਈਏ ਜਿਹੜੇ ਆ ਉਹਦਾ ਸਾਡੇ ਕੋਲ ਭਾਣ ਕਰਾ ਕੇ ਸਾਡੇ ਨਾ ਹੇਰਾ ਫੇਰੀਆਂ ਕਰਦਾ। ਸਤਿਗੁਰੂ ਕਿਸੇ ਨੇ ਮਾਣ ਆਦਰ ਜਾਂ ਟਕੇ ਦੇਣੇ ਤੇ ਵੱਖਰੀ ਗੱਲ ਸੀ, ਸਗੋਂ ਬੇਇੱਜ਼ਤੀ ਕੀਤੀ ਅੱਗੋਂ। ਜਦੋਂ ਖਜ਼ਾਨਚੀ ਨੇ ਦੱਸਿਆ ਤੇ ਮਹਾਰਾਜ ਸਾਹਿਬ ਜੀ ਕਹਿੰਦੇ ਲਿਆ ਵੀ ਸਿੱਖਾ ਦੇ ਸਾਡੇ ਹੱਥ ਵਿੱਚ ਰੁਪਈਆ ਚਾਂਦੀ ਦਾ, ਤੇ ਮਹਾਰਾਜ ਨੇ ਕਿਉਂਕਿ ਕੌਤ ਕਰਨਾ ਸੀ ਉਹ ਚੰਦ ਰਜਤਪਣ ਆਪਣੇ ਹੱਥ ਦੇ ਵਿੱਚ ਲੈ ਕੇ ਸਾਹਿਬ ਕਹਿੰਦੇ ਉਹ ਦਿੱਲੀ ਦੇ ਪਾਤਸ਼ਾਹ ਬਹਾਦਰ ਸਾਹਿਬ ਸੁਣ ਸਾਡੀ ਹੁਣ ਗੱਲ, ਤੂੰ ਜਿਹੜਾ ਕਹਿੰਦਾ ਸੀ ਨਾ ਵੀ ਕਲਮਾ ਪੜ੍ਹਨ ਦੇ ਨਾਲ ਬਿਸ਼ਤਾਂ ਮਿਲ ਜਾਂਦੀਆਂ ਨੇ, ਵੀ ਸਾਡਾ ਮੁਸਲਮਾਨਾਂ ਦਾ ਤੇ ਇਹ ਮਤ ਹੈ ਵੀ ਜਿੱਥੇ ਕਲਮਾ ਪੜ੍ਹ ਲਈਏ ਤੇ ਉੱਥੇ ਸਵਰਗ ਮਿਲਦੇ ਆ, ਪਰ ਆ ਵੇਖ ਹੁਣ ਧਿਆਨ ਦੇ ਨਾਲ ਸਾਡੀ ਗੱਲ ਸੁਣ ਤੇ ਉੱਤਰ ਦੇ ਵੀ ਤੁਹਾਡਾ ਜਿਹੜਾ ਮੁਸਲਮਾਨਾਂ ਦਾ ਹੀ ਰਾਜ ਹੈ ਨਾ, ਤੁਹਾਡਾ ਹਾਲਾ ਰਾਜ ਖਤਮ ਤੇ ਨਹੀਂ ਹੋਇਆ, ਜਿੱਥੇ ਕਿੱਥੇ ਹਾਲਾਂ ਤੇ ਤੁਹਾਡੇ ਸਿੱਕੇ ਚੱਲਦੇ ਨੇ ਰਾਜ ਦੇ, ਤੇ ਇੱਕ ਰਾਜ ਚੰਗੀ ਤਰ੍ਹਾਂ ਕਹਿੰਦੇ ਵੇਖ ਲਾ ਫੇਰ ਨਾ ਆਖੀ ਵੀ ਮਹਾਰਾਜ ਸਾਡਾ ਕਿਹੜਾ ਰਾਜ ਆ, ਵੀ ਵੇਖ ਪਿੱਛੇ ਨੂੰ ਕਦੋਂ ਦਾ ਤੁਹਾਡਾ ਹੀ ਰਾਜ ਚੱਲਦਾ ਹੁੰਦਾ ਹੈ ਨਾ, ਤੁਹਾਡਾ ਹੀ ਹੁਕਮ ਚੱਲਦਾ ਹੁੰਦਾ ਏ। ਇਹਨੇ ਆਖਿਆ ਹਾਂ ਮਹਾਰਾਜ ਰਾਜ ਤੇ ਸਾਡਾ ਹੀ ਹੈ, ਤੇ ਸਾਹਿਬ ਕਹਿੰਦੇ ਹੁਣ ਆ ਵੇਖ ਵੀ ਆ ਤੇਰਾ ਆਗਰਾ ਸ਼ਹਿਰ ਜਿੱਥੇ ਤੂੰ ਬੈਠਾ ਹੈ ਤੇਰੇ ਨੇੜੇ ਹੀ
तेरी फौज की कंटीन तेरी फौज दी दुकाना जिथे बाजार लगा होया वेख ओना दुकाना तो साडा सिख कौडियां करोन गया पर इहदे उत्ते कलमा लिखिया होया तेरे दुकानदार किसी ने बचारिया ही नहीं किसी ने लिहाज ही नहीं किया भी इहदे उत्ते रुपये दे उत्ते कलमा लिखिया होया इस्लाम मत दा जिन्हें किने भी वेखिया है और रुपये की अंदर की खोट वेखी है भी अंदरों खोटा है भी ये चलना नहीं उत्ते कलमा लिखिया है नहीं किसी ने वेखिया ये खोटा है यही वेखिया है इदा ही होंगे ना जो सौखा समझना हो अजक भी जो कोई नोट पाटा है वो एक तार जी होंगी जो निकली हो जिथे भी जाओ उस वेले अगला कहता भी ये नहीं चलता कई सियाण कहावत बनाई ना भी फलाना खोटे पैसे वगू वापस आया भाव के जो नकली नोट पाटा नोट लैके जाओगे तुरंत ही वापस मोड़ देंगे भी ये नहीं चलना तो महाराज वो एक उस समय की जी करंसी सी रजत पाणी होंगे सन जिन्हों समझण लई आपां नाल रुपया कह दें उदों रुपये नहीं सी कहिंदे ते ओ रजत पण जिहड़ा उहदे उत्ते महाराज कहिंदे वेख इत्ते कलमा लिखिया है ना बादशाह आ वेख उहदे अलों कहिंदा हाँ महाराज लिखिया कहिंदे पर वेख लै इह कलमे नूं किसे ने नहीं विचारिया हालांकि राज भी तुहाडा है ते बाजार भी तुहाडा है जिथे साडा सिख गया है ते इहदे विच लई खोट वेखी जिन्ने भी वेखी भी इहदे खोटा है जे कलमे लिखे आला चांदी का रुपया किसी ने अंगीकार ही नहीं किया सगो बगा के बार मार दे रहे ये वेख के भी ये खोटा है ये खोटा वेख के नाले सिख नू माड़ा चंगा बोले ते नाले महाराज कहिंदे भी हाथ विच भी नहीं रख दे रहे बार ही सुट दे रहे झटका मार दया इस वेले जिथे महाराज जी कहिंदे तुरकां दा ही तेज प्रताप है राज दा हालां तुहाडा सिक्का बोलदा है तुहाडा राज है तुहाडे झंडे झूल रहे हन पर वेख जिहड़े कलमे दी तूं गल करदा है भी जिथे ते तुहाडा राज है उथे भी कलमे ने रखिया नहीं कीती भी जे कलमे दी गल हुंदी तां फिर उहनूं दुकानदार वगा के बाहर क्यों सुट दे ਉਹ ਲੈ ਕੇ ਜਾਣ ਵਾਲੇ ਨੂੰ ਗਾਲਾਂ ਕਿਉਂ ਕੱਢਦੇ ਉਹਨਾਂ ਕਲਮਾ ਨਹੀਂ ਵੇਖਿਆ ਉਹਨਾਂ ਨੇ ਵੇਖਿਆ ਵੀ ਇਹ ਨੋਟ ਹੀ ਮਾੜਾ ਹੈ ਨੋਟ ਹੀ ਖੋਟਾ ਹੈ ਤੁਹਾਡੇ ਰਾਜ ਦੇ ਵਿੱਚ ਹੀ ਤੁਹਾਡੇ ਕਲਮੇ ਦੀ ਮਹਾਰਾਜ ਕਹਿੰਦੇ ਕਦਰ ਨਹੀਂ ਹੈ ਉਹਦੇ ਵਿੱਚ ਖਟਿਆਈ ਵੇਖੀ ਆ ਤੇ ਇਹ ਸੋਚ ਲੈ ਵੀ ਜਿੱਥੇ ਤੁਹਾਡਾ ਰਾਜ ਹੀ ਨਹੀਂ ਹੈ ਜਿੱਥੇ ਖੁਦਾ ਦੀ ਕਚਹਿਰੀ ਹੈ ਜਿੱਥੇ ਅੱਲਾ ਦਾ ਦਰਬਾਰ ਹੈ ਜਿੱਥੇ ਤੁਹਾਡਾ ਹੁਕਮ ਨਹੀਂ ਚੱਲਣਾ ਉੱਥੇ ਕੀ ਬਣੇਗਾ ਤੁਹਾਡਾ ਹਾਲ ਜੇ ਕਲਮਾ ਪੜ੍ਹ ਕੇ ਤੇ ਕਹੋਗੇ ਵੀ ਕੰਮ ਖੋਟੇ ਕਰੇ ਜਾਈਏ ਤੇ ਸਾਡਾ ਭਲਾ ਹੋ ਜਾਵੇ ਇਹ ਤੁਹਾਡੇ ਰਾਜ ਦੇ ਵਿੱਚ ਹੀ ਖੋਟਾ ਰੁਪਈਆ ਨਹੀਂ ਚੱਲਿਆ ਕਲਮੇ ਵਾਲਾ ਜਿੱਥੇ ਹੱਕ ਸੱਚ ਦਾ ਨਿਆਂ ਹੁੰਦਾ ਏ ਅੱਜ ਇੱਥੇ ਪਰਮੇਸ਼ਰ ਇਹ ਨਿਰਣਾ ਕਰਦਾ ਹੈ ਵੀ ਕਿਹੜਾ ਬੰਦਾ ਭਲਾ ਏ ਤੇ ਕਿਹੜਾ ਮਾੜਾ ਏ ਕਿਹੜੇ ਚੰਗੇ ਕੰਮ ਕਰਦਾ ਹੈ ਤੇ ਕਿਹੜਾ ਮਾੜੇ ਕੰਮ ਕਰਦਾ ਏ ਦਸ ਮਿੰਟ ਤੇਰਾ ਕੇਵਲ ਕਲਮਾ ਪੜਿਆ ਉੱਥੇ ਕਿਵੇਂ ਸਹਾਈ ਹੋਵੇਗਾ ਇੱਥੇ ਕਲਮਾ ਲਿਖਿਆ ਖੋਟਾ ਰੁਪਈਆ ਤੁਹਾਡੇ ਰਾਜ ਵਿੱਚ ਨਹੀਂ ਚੱਲਿਆ ਕਿਸੇ ਨੇ ਲਿਹਾਜ਼ ਨਹੀਂ ਕੀਤਾ ਕਲਮੇ ਦੇ ਅੱਖਰਾਂ ਦਾ ਪਰ ਜਿੱਥੇ ਚੰਗੇ ਤੇ ਮੰਦੇ ਕਰਮਾਂ ਦਾ ਹਿਸਾਬ ਕਿਤਾਬ ਹੁੰਦਾ ਹੈ ਖੁਦਾ ਦੇ ਦਰਬਾਰ ਵਿੱਚ ਉੱਥੇ ਦਾ ਬਹਾਦਰ ਸ਼ਾਹ ਤੇਰਾ ਕਲਮਾ ਫਿਰ ਕੀ ਕਰੂਗਾ ਉੱਥੇ ਦਾ ਕਰਮ ਵੇਖੇ ਜਾਣਗੇ ਕਿਉਂਕਿ ਦੇ ਖੋਟੇ ਕੋ ਭਿਸ਼ਤ ਪਹੁੰਚਾਏ ਵੀ ਜਿਹੜੇ ਖੋਟੇ ਬੰਦੇ ਆ ਜੇ ਤੂੰ ਆਖੇ ਵੀ ਕਲਮਾ ਪੜ੍ਹ ਲਿਆ ਤੇ ਕੰਮ ਮਾੜੇ ਕਰੀ ਜਾਈਏ ਵਿਭਚਾਰ ਕਰੀ ਜਾਈਏ ਤੇ ਫਿਰ ਕਹਿੰਦੇ ਵੀ ਖੋਟੇ ਬੰਦਿਆਂ ਨੂੰ ਪਿਸ਼ਤਾਂ ਦੇ ਵਿੱਚ ਕਿਵੇਂ ਪਹੁੰਚਾ ਦੇਵੇਂਗਾ ਤੂੰ ਕਿਉਂਕਿ ਉਹ ਪਰਮੇਸ਼ਰ ਦੀ ਦਰਗਾਹ ਵਿੱਚ ਕਲਮਾ ਨਹੀਂ ਇਕੱਲਾ ਚੱਲਣਾ ਉੱਥੇ ਦਾ ਕਰਮਾਂ ਦਾ ਨਿਬੇੜਾ ਹੋਣਾ ਏ ਉੱਥੇ ਦਾ ਜਥਾ ਯੋਗ ਵੇਖਿਆ ਜਾਂਦਾ ਹੈ ਵੀ ਇਹਨੇ ਕੰਮ ਕੀ ਕੀਤਾ ਹੈ ਤਾਂਹੀਓ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨਾ ਜਿੱਤ ਕੀਤਾ ਪਾਈਏ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਆ ਕਹਿੰਦੇ ਜਦੋਂ ਆਪਣਾ ਕੀਤਾ ਹੀ ਫਲ ਮਿਲਣਾ ਫਿਰ ਮਾੜਾ ਕਿਉਂ ਕਰਨਾ ਜਿਹਦਾ ਫਲ ਆਪਾਂ ਹੀ ਭੋਗਣਾ ਹੈ ਕਲਗੀਧਰ ਸਾਹਿਬ ਜੀ ਕਹਿੰਦੇ ਜਿੱਥੇ ਰੱਬ ਦੀ ਦਰਗਾਹ ਏ ਉੱਥੇ ਚੰਗੀ ਤਰ੍ਹਾਂ ਵੇਖਿਆ ਜਾਂਦਾ ਏ ਵੀ ਇਹਦੇ ਗੁਣ ਕਿੰਨੇ ਤੇ ਚੌਗਣ ਕਿੰਨੇ ਹਨ ਜਿਹੜਾ ਮਨੁੱਖ ਆ ਸਰੀਰ ਧਾਰ ਕੇ ਮਨੁੱਖ ਜਿੱਦਾਂ ਦੇ ਮਾੜੇ ਤੇ ਚੰਗੇ ਕਰਮ ਕਰਦਾ ਏ
परमेश्वर की दरगाह माड़े किते होण शुभ किते होण उत्थे प्रगट हो जाते हैं, उत्थे नबेड़ा हो जाता है, उत्थे किसी तरह का पाज नहीं रहिंदा, उत्थे पखंड नहीं चलता, उत्थे सचो ही सच निबड़े। जिदा नहीं किसी ने किरत की अनुसार फिर दुख दे सुख भोगदा है। भुलेखे जना रही भी कलमा पढ़ लिया दे काम माड़े कीत्या छुट जाएगा। साहब जी कहिंदे परमेश्वर की दरगाह विच कीते अनुसार दुख ते सुख मिलता है। कोई झूठा जा तो धर्म का लिबास पावे भी मैं बड़ा धर्मी है भी मेरे अर्गा कोई नहीं सहायता नहीं होनी। इस तरह कला कलमा पढ़न दे नाल परमेश्वर की दरगाह विच सहायता नहीं मिलेगी। जो जा मंदा काम करेगा ओदा फल ओनू भोगना पवेगा। देखिया ही बहादुर शाह दरगाह की गल तो गांधी इतने वेख ही लिया कलमा लिखिया जरा चांदी के रुपये से वह दुकानदारा ने वगा के बाहर मारिया कलमे का लिहाज नहीं किया। वेखिया भी ये खोटा ये नहीं चलना ते कलमा पढ़ के खोटे काम किए तुसी परमेश्वर की दरगाह विच किवें चले जाओगे। उसे वड्डी नहीं चलती हेरा फेरी नहीं होंगी परमेश्वर की दरगाह दे विच सदा ही नियाम का ही सच का ही नबेड़ा होंदा है। जिदा अंदर शुद्ध हो गया जे वह कलमा पढ़िया है तो वह छुट जाएगा। पर अंदर खोट है माड़े काम करता है पर कलमा पढ़िया है पाप धर्म की मोहर लगी है फिर वह भी दुखी होगा। कला धर्म के लिबास करके नहीं छुटकारा दुखी होगा नरकों की अग में सड़ेगा। क्योंकि वाहेगुरु की दरगाह में बाहरला लिबास जहा नहीं वेख्या जाता भी ये किड्डा सोहना चोला पाया कि सोहना सिख है किड्डा सोहना कहते मुसलमान है किड्डा सोहना है जैनी बुद्धि है ये बाहर का वे लिबास नहीं उसे वेख्या जाता। कला चंगे अदे माड़े कर्म किते कदी मिटदे नहीं है वाहेगुरु की दरगाह विच कदी लुकदे नहीं है फल उहदा भोगना ही पैंदा है। फिर की है बहादुर शाह जिहड़ा महाराज का वचन सुन के चुप हो गया। वचन भावे कलगी धरना कर रहा है पर ध्यान एदा जिहड़ा है ना उसे पासे जवाहर सिंह की बच्ची वल एक दो कहिंदे इधर उधर दियां और गल्लां बातां इहने कीतियां साखियां महाराज ना प्रसंग कहे। कलगी धर महाराज को योग उत्तर लए जेड़ी भी ये गल करदा साहिब जी उहदा खरा उत्तर दिंदे हन। ਇਹ ਬਹਾਨਾ ਜਿਹਾ ਬਣਾ ਕੇ ਮਨ ਵਿੱਚ ਬੰਦਾ ਜਦੋਂ ਵੇਖੋ ਜਦੋਂ ਉਹਦੇ ਮਾੜੇ ਕੰਮ ਹੁੰਦੇ ਆ ਜਦੋਂ ਖੋਟ ਆਉਂਦੀ ਹੈ ਗੁਰੂ ਸਾਹਿਬ ਦੇ ਕੋਲ ਬਹਿਣ ਵਾਸਤੇ ਨਹੀਂ ਵੀ ਮਹਾਰਾਜ ਕੋਲ ਮੈਂ ਦਰਸ਼ਨ ਕਰਕੇ ਨਿਹਾਲ ਹੋਵਾਂ ਇਸ ਕਰਕੇ ਵੀ ਜਿੰਨਾ ਚਿਰ ਮਹਾਰਾਜ ਕੋਲ ਬੈਠਾਂਗਾ ਤੇ ਮੈਂ ਉੱਧਰ ਵੇਖਾਂਗਾ ਇਸ ਕਰਕੇ ਕਹਿੰਦੇ ਵੀ ਇੱਧਰ ਉੱਧਰ ਦੀਆਂ ਜਿਹੜੀਆਂ ਗੱਲਾਂ ਜਿਹੜੀਆਂ ਮਹਾਰਾਜ ਨਾਲ ਕਰਦਾ ਖਿਆਲ ਇਹਦਾ ਹੋਰ ਪਾਸੇ ਆ ਤੇ ਵਚਨ ਮਹਾਰਾਜ ਨਾਲ ਕਰ ਰਿਹਾ ਏ। ਕਲਗੀ ਧਰ ਮਹਾਰਾਜ ਕੋ ਕੁਛ ਛਿਪਿਆ ਨਹੀਂ ਰਹਿ ਸਕਦਾ ਮਹਾਰਾਜ ਨੇ ਇਹਦੇ ਅੰਦਰ ਦੀ ਮੰਦੀ ਹਾਲਤ ਜਾਣ ਲਈ ਸਤਿਗੁਰੂ ਸਾਹਿਬ ਨੇ ਵਿਚਾਰਿਆ ਵੀ ਇਹ ਬਹਾਦਰ ਸ਼ਾਹ ਜਿਹੜਾ ਏ ਇਹਦੇ ਇਹਨੂੰ ਵੀ ਸ਼ਰਮਿੰਦਿਆ ਕਰਨਾ ਏ ਤੇ ਨਾਲ ਇਹ ਬੱਚੀ ਦਾ ਧਰਮ ਵੀ ਕਾਇਮ ਰਹੇ ਇੱਦਾਂ ਦਾ ਵਿਚਾਰ ਕਰਕੇ ਬਹਾਦਰ ਸ਼ਾਹ ਨੂੰ ਕਹਿਣ ਲੱਗੇ। ਮਹਾਰਾਜ ਕਹਿੰਦੇ ਬਹਾਦਰ ਸ਼ਾਹ ਜਿਹੜੀ ਇਹ ਸਾਡੀ ਬੱਚੀ ਇਹ ਸਿੱਖ ਬੱਚੀ ਬੈਠੀ ਹੈ ਸੱਚ ਦੱਸੀ ਵੀ ਤੇਰਾ ਮੰਦਾ ਖਿਆਲ ਇਹਦੇ ਉੱਤੇ ਆਇਆ ਏ ਜੇ ਇੱਦਾਂ ਹੀ ਹੈ ਜੋ ਅਸੀਂ ਕਹਿ ਦਾ ਸੱਚੋ ਸੱਚ ਦੱਸ ਸਾਡੇ ਲਾਗੇ ਝੂਠ ਨਾ ਬੋਲੀ ਅਸੀਂ ਜਾਣਦੇ ਹਾਂ ਪਰ ਤੇਰੇ ਮੂੰਹੋਂ ਸੁਣਨਾ ਚਾਹੁੰਦੇ ਹਾਂ ਵੀ ਤੇਰਾ ਧਿਆਨ ਮੰਦੇ ਪਾਸੇ ਹੈ ਕਿ ਨਹੀਂ ਹੈ। ਸਾਡੇ ਲਾਗੇ ਮਹਾਰਾਜ ਕਹਿੰਦੇ ਕੋਈ ਛਾਲ ਫਰੇਬ ਕੋਈ ਕਪਟ ਨਾ ਕਰੀ ਜੋ ਤੇਰੇ ਦਿਲ ਦੇ ਵਿੱਚ ਵਾਸ਼ਨਾ ਹੈ ਜੋ ਖਿਆਲ ਹੈ ਉਸੇ ਤਰ੍ਹਾਂ ਬੋਲ ਕੇ ਸਾਨੂੰ ਦੱਸ ਦੇ।
ਜਦੋਂ ਬਹਾਦਰ ਸ਼ਾਹ ਨੇ ਸੁਣਿਆ ਮਹਾਰਾਜ ਦੇ ਕੋਲੋਂ ਤੇ ਡਰ ਗਿਆ ਤੇ ਡਰਦਿਆਂ ਹੋਇਆ ਹੱਥ ਜੋੜ ਕੇ ਕਹਿਣ ਲੱਗਾ, ਹੇ ਸੱਚੇ ਪਾਤਸ਼ਾਹ ਤੁਹਾਡੇ ਕੋਲੋਂ ਮਹਾਰਾਜ ਕੁਝ ਛੁਪਿਆ ਨਹੀਂ ਹੈ, ਤੁਸੀਂ ਅੰਦਰ ਦੀਆਂ ਵੀ ਜਾਣਦੇ ਹੋ। ਮਹਾਰਾਜ ਵਾਕਿਆ ਹੀ ਮੈਂ ਜਦ ਸੁਣਦਾ ਰਿਹਾ ਵੀ ਤੁਸੀਂ ਤਾਂ ਦਿਲਾਂ ਦੇ ਜਾਣਨ ਹਾਰ ਹੋ, ਸਾਡੇ ਵਰਗੇ ਮੂਰਖ ਮਹਾਰਾਜ ਮੈਂ ਸਮਝਿਆ ਵੀ ਮਹਾਰਾਜ ਨੂੰ ਕਿਹੜਾ ਪਤਾ ਲੱਗਣਾ ਹੈ ਤੇ ਖਿਆਲ ਮੰਦਿਆਂ ਵਿੱਚ ਪਰਚਿਆ, ਇਹੋ ਸਾਡੀ ਹਾਲਤ ਹੁੰਦੀ ਹੈ ਨਾ ਵੀ ਮਹਾਰਾਜ ਦੀ ਹਜ਼ੂਰੀ 'ਚ ਵੀ ਮੰਦਾ ਖਿਆਲ ਆਵੇ ਵੀ ਕਿਹੜਾ ਗੁਰੂ ਨੂੰ ਪਤਾ ਲੱਗਦਾ ਏ। ਮਹਾਰਾਜ ਵਾਕਈ ਮੈਂ ਬੇਈਮਾਨ ਹੋਇਆ, ਮੇਰੇ ਮਹਾਰਾਜ ਅੱਖਾਂ ਵਾਸ਼ਨਾ ਦੀਆਂ ਬੱਧੀਆਂ ਜਿਹੜੀਆਂ ਹਨ ਇੱਧਰ ਨੂੰ ਚਲੇ ਗਈਆਂ, ਤੇ ਉਦੋਂ ਦਾ ਮਹਾਰਾਜ ਭਾਵੇਂ ਮੈਂ ਬੈਠਾ ਤੁਹਾਡੇ ਵੱਲ ਹੈ ਪਰ ਧਿਆਨ ਮੇਰਾ ਜਿਹੜਾ ਇੱਧਰ ਹੀ ਰਿਹਾ। ਸਤਿਗੁਰਾਂ ਪੁੱਛਿਆ ਸੀ ਨਾ ਵੀ ਤੇਰੇ ਮਨ 'ਚ ਮੰਦਾ ਖਿਆਲ ਹੈ ਵੀ ਤੂੰ ਇਹ ਸਿੱਖ ਬੱਚੀ ਵੱਲ ਤੱਕ ਰਿਹਾ ਹੈ, ਸਾਡੇ ਕੋਲ ਬੈਠਾ ਮੰਨ ਗਿਆ, ਕਹਿੰਦਾ ਹਾਂ ਮਹਾਰਾਜ ਇੱਦਾਂ ਹੀ ਹੈ। ਤਲਗੀ ਧਰਮਾ ਰਾਵ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਸੁਣਿਆ ਵੀ ਵਾਕਿਆ ਚਲੋ ਬਾਦਸ਼ਾਹ ਇਹ ਸੱਚੀ ਗੱਲ ਮੰਨ ਗਿਆ ਸਾਡੀ ਹਜ਼ੂਰੀ ਦੇ ਵਿੱਚ, ਮਹਾਰਾਜ ਸਾਹਿਬ ਕਹਿੰਦੇ ਬਾਦਸ਼ਾਹ ਜਿਹੜਾ ਤੇਰਾ ਮਨ ਏਦਾਂ ਗੰਦਾ ਹੋਇਆ ਏ, ਆ ਬਾਦਸ਼ਾਹ ਜੀ ਕਹਿੰਦੇ ਵੀ ਤੈਨੂੰ ਅੱਗੇ ਤੋਂ ਖਿਆਲ ਰੱਖਣਾ ਚਾਹੀਦਾ ਏ ਵੀ ਤੂੰ ਗੁਰੂ ਦੀ ਸਭਾ ਵਿੱਚ ਆਇਆ ਹੈ। ਮਹਾਰਾਜ ਕਹਿੰਦੇ ਵੀ ਇੱਥੇ ਦਾ ਮੰਦਾ ਖਿਆਲ ਆਵੇ ਤੇ ਉਹਦੇ ਦੂਰ ਕਰਨ ਲਈ ਅਰਦਾਸਾਂ ਕਰਨੀਆਂ, ਤੂੰ ਸਾਡੇ ਹਜ਼ੂਰੀ ਆ ਕੇ ਇੱਦਾਂ ਦੇ ਖਿਆਲ ਕਰਦਾ। ਫਿਰ ਮਹਾਰਾਜ ਨੇ ਵਿਚਾਰਿਆ ਵੀ ਇਹਨੂੰ ਚੰਗੀ ਤਰ੍ਹਾਂ ਸ਼ਰਮਿੰਦਿਆ ਕਰਨਾ ਚਾਹੀਦਾ। ਸਤਿਗੁਰੂ ਸਾਹਿਬ ਜੀ ਕਹਿੰਦੇ ਵੀ ਤੂੰ ਜਾ ਆਪਣੀ ਕਚਹਿਰੀ ਦੇ ਵਿੱਚ ਵੇਖਦੇ ਆ ਵੀ ਅਸੀਂ ਕੀ ਕਰਨਾ ਏ, ਤੇ ਸਾਧ ਸੰਗਤ ਜੀ ਇੱਥੇ ਭਾਈ ਸੰਤੋਖ ਸਿੰਘ ਜੀ ਨੇ ਥੋੜ੍ਹਾ ਸੰਖੇਪ 'ਚ ਲਿਖਿਆ, ਗਿਆਨੀ ਗਿਆਨ ਸਿੰਘ ਜੀ ਨੇ ਨਾਲ ਖੋਲ੍ਹ ਕੇ ਲਿਖਿਆ ਵੀ ਬਹਾਦਰ ਸ਼ਾਹ ਇੱਥੋਂ ਜਦੋਂ ਚਲਾ ਗਿਆ ਮਹਾਰਾਜ ਸਾਹਿਬ ਨੇ ਕੋਲੋਂ ਸ਼ਰਮਿੰਦਾ ਜਿਹਾ ਹੋ ਕੇ ਸਤਿਗੁਰਾਂ ਝਿੜਕਿਆ ਵੀ, ਅਤੇ ਇਹਨੇ ਇੱਕ ਪਾਲਕੀ ਭੇਜ ਦਿੱਤੀ ਉਹ ਜਵਾਹਰ ਸਿੰਘ ਸਿੱਖ ਦੇ ਘਰ ਦੇ ਵਿੱਚ ਵੀ ਇਹਦੇ ਵਿੱਚ ਆਪਣੀ ਲੜਕੀ ਨੂੰ ਬਿਠਾ ਕੇ ਭੇਜ ਦਿਓ, ਮੈਂ ਇਹਨੂੰ ਆਪਣੀ ਬੇਗਮ ਬਣਾਉਣਾ ਹੈ। ਅਤੇ ਉਹ ਤਾਂ ਰੋਂਦੇ ਪਿੰਡ ਦੇ ਮਹਾਰਾਜ ਸਾਹਿਬ ਦੇ ਕੋਲ ਆ ਗਏ ਵੀ ਹੇ ਗਰੀਬ ਨਿਵਾਸ ਸਤਿਗੁਰੂ, ਅਸੀਂ ਤਾਂ ਆਮ ਸ਼ਹਿਰੀ ਹਾਂ ਅਤੇ ਬਾਦਸ਼ਾਹ ਦੇ ਅੱਗੇ ਸਾਡਾ ਕੀ ਜ਼ੋਰ ਹੈ ਜੇ ਉਹ ਆਖੇਗਾ ਵੀ ਮੈਂ ਤੁਹਾਡੀ ਧੀ ਨੂੰ ਆਪਣੀ ਬੇਗਮ ਬਣਾਉਣਾ ਹੈ ਆਪਣੀ ਰਾਣੀ ਬਣਾਉਣਾ ਹੈ ਤਾਂ ਅਸੀਂ ਕੀ ਕਰਾਂਗੇ, ਸਾਡਾ ਤਾਂ ਧਰਮ ਭ੍ਰਿਸ਼ਟਿਆ ਜਾ, ਉਹ ਤੁਹਾਡਾ ਅੰਮ੍ਰਿਤ ਛਕਿਆ ਤੁਹਾਡੇ ਸਿੱਖ ਹੈ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਵਿਚਾਰਿਆ ਵੀ ਇੱਦਾਂ ਕਰਦੇ ਵੀ ਜੇ ਅਸੀਂ ਉਹਨੂੰ ਕੁਝ ਕਹਿ ਕੇ ਭੇਜਾਂਗੇ ਤਾਂ ਸਾਡੇ ਅੱਗੋਂ ਪਿੱਛੋਂ ਫਿਰ ਬਹਾਦਰ ਸ਼ਾਹ ਜਿਹੜਾ ਹੋ ਸਕਦਾ ਵੀ ਵਧੀਕੀ ਕਰੇ ਵੀ ਮਹਾਰਾਜ ਕਿਹੜਾ ਇੱਥੇ ਹੈ, ਵੀ ਇੰਝ ਕਰਦੇ ਹਾਂ ਵੀ ਬਹਾਦਰ ਸ਼ਾਹ ਨੂੰ ਕੌਤਕ ਵਿਖਾ ਦੇ ਨੇ ਵੀ ਉਹ ਆਪ ਹੀ ਹੱਥ ਜੋੜ ਜੇ ਇਸ ਬੱਚੀ ਵੱਲੇ। ਅਤੇ ਮਹਾਰਾਜ ਕਹਿੰਦੇ ਕੋਈ ਨਹੀਂ ਡਰਨ ਦੀ ਲੋੜ ਨਹੀਂ, ਜੇ ਉਹਨੇ ਆਖਿਆ ਇੱਦਾਂ ਤਾਂ ਕਹਿੰਦੇ ਬੇਟਾ ਜਾ, ਬਾਦਸ਼ਾਹ ਆਪ ਜਿਹੜਾ ਹੈ ਮਹਾਰਾਜ ਨੂੰ ਪਤਾ ਸੀ ਵੀ ਇਹ ਤੋਂ ਡਰੇਗਾ ਇਹਦੇ ਅੱਗੇ ਝੁਕੇਗਾ, ਜਦੋਂ ਸਤਿਗੁਰਾਂ ਨੇ ਇੱਦਾਂ ਕਿਹਾ ਵੀ ਤੂੰ ਜਾ ਜੇ ਬਾਦਸ਼ਾਹ ਸੱਦ ਰਿਹਾ ਏ, ਕਹਿਣ ਲੱਗੀ ਹੇ ਸੱਚੇ ਪਾਤਸ਼ਾਹ ਮੈਂ ਤੁਹਾਡੀ ਸ਼ਰਨ ਆਈ ਹਾਂ, ਸਤਿਗੁਰੂ ਉਹ ਹਿੰਦੁਸਤਾਨ ਦਾ ਰਾਜਾ ਏ ਅਤੇ ਉਹ ਮੇਰੇ ਨਾਲ ਕੀ ਕਰਨਾ ਚਾਹੁੰਦਾ, ਮੈਂ ਅੰਮ੍ਰਿਤ ਛਕਿਆ ਏ, ਮੈਂ ਸਿੱਖਣੀ ਹਾਂ ਤੁਹਾਡੀ ਬੱਚੀ ਹਾਂ ਤੁਹਾਡੀ ਧੀ ਹਾਂ। ਅਤੇ ਮਹਾਰਾਜ ਜੀ ਉਹ ਬਹਾਦਰ ਸ਼ਾਹ ਦੇ ਅੱਗੇ ਸਾਡਾ ਜ਼ੋਰ ਨਹੀਂ ਕੋਈ ਚੱਲਣਾ, ਮਹਾਰਾਜ ਅਸੀਂ ਮੈਂ ਆਪਣਾ ਧਰਮ ਬਚਾਉਣ ਦੇ ਲਈ ਤੁਹਾਨੂੰ ਉੱਤੇ ਆਉਂਦੇ ਹਾਂ ਵੀ ਪਾਤਸ਼ਾਹ ਮੇਰਾ ਧਰਮ ਕਾਇਮ ਰਹੇ, ਮੈਂ ਆਪਣਾ ਧਰਮ ਨਹੀਂ ਹਾਰਨਾ ਚਾਹੁੰਦੀ, ਮੈਂ ਸਿੱਖ ਬੱਚੀ ਹਾਂ ਅਤੇ ਸਿੱਖ ਬਣ ਕੇ ਮਰਨਾ ਚਾਹੁੰਦੀ ਹਾਂ, ਕਿਉਂਕਿ ਪਾਤਸ਼ਾਹ ਜੀ ਜਿਹੜਾ ਤੁਹਾਨੂੰ ਯਾਦ ਕਰਦਾ ਏ ਉਹ ਅਨੇਕਾਂ ਵਿਗੜਾਂ ਤੋਂ ਤੁਸੀਂ ਆਪਣੇ ਸਿੱਖਾਂ ਨੂੰ ਬਚਾਉਂਦੇ ਹੋ, ਪਾਤਸ਼ਾਹ ਜੀ ਮੇਰਾ ਧਰਮ ਜਿਹੜਾ ਏ ਆਪ ਵੇਖੋ ਇਹ ਬਾਦਸ਼ਾਹ ਨਾਸ਼ ਕਰਨਾ ਚਾਹੁੰਦਾ ਏ। ਮੇਰੇ ਮਨ ਵਿੱਚ ਮਹਾਰਾਜ ਬੜੀ ਚਿੰਤਾ ਹੈ ਵੀ ਸਾਡਾ ਕੀ ਜ਼ੋਰ ਚੱਲਣਾ, ਤੁਹਾਡੇ ਤੋਂ ਬਗੈਰ ਸਾਡਾ ਕੌਣ ਹੈ, ਜੇ ਬਾਦਸ਼ਾਹ ਬੱਲੋ ਮੱਲੀ ਮੇਰੇ ਨਾਲ ਨਿਕਾਹ ਕਰ ਲਵੇਗਾ ਤੇ ਅਸੀਂ ਮਹਾਰਾਜ ਕੀ ਕਰਾਂਗੇ, ਕਿੱਧਰ ਜਾਵਾਂਗੇ। ਇਹ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਕੋਈ ਨੀ ਅਸੀਂ ਨਿਬੇੜਾ ਕਰਦੇ ਹਾਂ ਬੇਟਾ, ਤੈਨੂੰ ਡਰਨ ਦੀ ਲੋੜ ਨਹੀਂ ਹੈ, ਕਿਉਂਕਿ ਮਹਾਰਾਜ ਨੂੰ ਸਤਿਗੁਰੂ ਸਾਹਿਬ ਜੀ ਨੂੰ ਹੌਸਲਾ ਦਿੰਦੇ ਨੇ ਬੱਚੀ ਨੂੰ, ਕਹਿੰਦੀ ਪਾਤਸ਼ਾਹ ਅਸੀਂ ਅੰਮ੍ਰਿਤ ਛਕਿਆ ਏ
ਤੇ ਜੇ ਮੈਂ ਜਾ ਕੇ ਮੁਸਲਮਾਨ ਨਾਲ ਬਾਦਸ਼ਾਹ ਨਾਲ ਨਿਕਾਹ ਕਰਾਉਂਦੀ ਹਾਂ, ਉਹਨੇ ਮੱਲੋ ਮਲੀ ਕਰਾਇਆ ਤੇ ਮੇਰੇ ਸਿਰ ਤੇ ਬੜਾ ਵੱਡਾ ਪਾਪ ਹੋਵੇਗਾ, ਆਪਣਾ ਧਰਮ ਨਾਸ਼ ਹੋ ਜਾਏਗਾ। ਇਸ ਕਰਕੇ ਮਹਾਰਾਜ ਮੇਰੀ ਰੱਖਿਆ ਕਰਿਓ, ਮੇਰੇ ਤੇ ਕਿਰਪਾ ਕਰਿਓ, ਜੇ ਮੈਂ ਚਲੇ ਗਈ ਕਿਤੇ ਮੇਰਾ ਧਰਮ ਨਾ ਨਾਸ਼ ਹੋ ਜਾਵੇ। ਇਹਦੇ ਕੋਲ ਸੁਣ ਕੇ ਕਲਗੀ ਧਰ ਮਹਾਰਾਜ ਸਾਹਿਬ ਜੀ ਖੁਸ਼ ਹੋਏ। ਮਹਾਰਾਜ ਕਹਿੰਦੇ ਧੀਏ ਧੰਨ ਹੈ ਤੂੰ, ਧੰਨ ਹੈ ਤੇਥੋਂ ਇਹੀ ਉਮੀਦ ਸੀ। ਮਹਾਰਾਜ ਨੇ ਵੇਖਿਆ ਨਾ ਵੀ ਬੱਚੀ ਕੈਸੀ ਹੈ, ਵੀ ਜੇ ਕੋਈ ਆਮ ਧਰਮ ਤੋਂ ਡਿੱਗਿਆ ਹੋਵੇ ਜੀਵਨ ਵਾਲਾ, ਉਹ ਤਾਂ ਇਹੀ ਵੇਖੋ ਵੀ ਬਾਦਸ਼ਾਹ ਨਾਲ ਨਿਕਾਹ ਹੋਵੇਗਾ ਤੇ ਰਾਣੀ ਬਣਾਂਗੀ ਨਾ ਹਿੰਦੁਸਤਾਨ ਦੇ ਬਾਦਸ਼ਾਹ ਦੀ, ਪਰ ਇਹਨੂੰ ਇਹ ਹੈ ਵੀ ਮੈਂ ਆਪਣੇ ਧਰਮ 'ਚ ਕਾਇਮ ਰਹਾਂ। ਸਾਹਿਬ ਜੀ ਕਹਿੰਦੇ ਸ਼ਾਬਾਸ਼ ਬੱਚੀਏ, ਜੇ ਤੇਰਾ ਇਹਨਾਂ ਧਰਮ 'ਤੇ, ਤੇਰਾ ਆਪਣਾ ਸਿੱਖੀ ਨਾਲ ਸਾਡੇ ਚਰਨਾਂ ਨਾਲ ਐਸਾ ਪਿਆਰ ਤੇ ਦ੍ਰਿੜ ਵਿਸ਼ਵਾਸ ਹੈ, ਤੇਰੀ ਰੱਖਿਆ ਅਸੀਂ ਆਪ ਕਰਾਂਗੇ। ਜਾ ਤੂੰ ਮਹਾਰਾਜ ਜੀ ਕਹਿੰਦੇ ਵੀ ਜੇ ਬਹਾਦਰ ਸ਼ਾਹ ਨੇ ਇਹ ਬੰਦੇ ਭੇਜੇ ਹੈ ਤੇ ਸਾਹਿਬ ਕਹਿੰਦੇ ਸਾਡੇ ਹੁੰਦਿਆਂ ਡਰਨ ਦੀ ਲੋੜ ਨਹੀਂ, ਤੇਰਾ ਵਾਰ ਵੀ ਕੋਈ ਵਿੰਗਾ ਨਹੀਂ ਕਰ ਸਕਦਾ, ਤੂੰ ਨਿਸ਼ਚਿੰਤ ਹੋ ਕੇ ਚਲੀ ਜਾ, ਤੇਰੇ ਧਰਮ ਦੇ ਅਸੀਂ ਰਖਵਾਲੇ ਬੈਠੇ ਹਾਂ। ਉਸ ਵੇਲੇ ਮਹਾਰਾਜ ਸਾਹਿਬ ਜੀ ਨੇ ਇੱਕ ਸਿੰਘ ਨੂੰ ਹੁਕਮ ਕੀਤਾ, ਇੱਕ ਬਹਾਦਰ ਸ਼ਾਹ ਦਾ ਜਿਹੜਾ ਸਿਪਾਹੀ ਉੱਥੇ ਸੀ, ਉਹ ਦੋਵੇਂ ਬੰਦੇ ਇਕੱਠੇ ਕੀਤੇ। ਇੱਕ ਬਹਾਦਰ ਸ਼ਾਹ ਦਾ ਭੇਜਿਆ ਬੰਦਾ ਇਹ ਤੇ ਇੱਕ ਕਲਗੀਧਰ ਮਹਾਰਾਜ ਦਾ ਤਿਆਰ ਬਰ ਤਿਆਰ ਸ਼ਸਤਰ ਧਾਰੀ ਸਿੰਘ। ਸਾਹਿਬਾਂ ਨੇ ਉਹ ਬੱਚੀ ਦੇ ਨਾਲ ਦਿੱਤਾ ਜਵਾਹਰ ਸਿੰਘ ਦੀ ਲੜਕੀ ਦੇ। ਮਹਾਰਾਜ ਸਾਹਿਬ ਜੀ ਦਾ ਭਰੋਸਾ ਰੱਖ ਕੇ ਉਹ ਜਿਹੜੀ ਬੱਚੀ ਹੈ ਦੋਨੋਂ ਕੇ ਮਧ ਹੈ ਕਰ ਚਲੀ, ਦੋਵਾਂ ਦੇ ਇੱਕ ਪਾਸੇ ਸਿੰਘ ਹੈ ਤੇ ਇੱਕ ਪਾਸੇ ਉਹ ਸਿਪਾਹੀ, ਉਹਨਾਂ ਦੇ ਵਿਚਕਾਰ ਗੁਰੂ ਗੁਰੂ ਜਪਦੀ ਚੱਲ ਪਈ। ਮਹਾਰਾਜ ਸਾਹਿਬ ਦੇ ਵਚਨ ਤੋਂ ਟਲੀ ਨਹੀਂ, ਪਤਾ ਹੈ ਵੀ ਕਲਗੀਧਰ ਸਾਹਿਬ ਜੀ ਮੇਰੇ ਧਰਮ ਨੂੰ ਆਪ ਨਿਭਾਉਣਗੇ। ਉਧਰ ਬਹਾਦਰ ਸ਼ਾਹ ਜਿਹੜਾ ਉਹਨੇ ਭੇਜੀ ਸੀ ਪਾਲਕੀ ਡੀਕ ਰਿਹਾ ਸੀ ਵੀ ਮੈਂ ਨਿਕਾਹ ਕਰਾਂਗਾ ਤੇ ਉਹ ਜਾ ਕੇ ਲੜਕੀ ਨੂੰ ਲੈ ਕੇ ਆਉਣਗੇ ਮੇਰੇ ਕੋਲ। ਪਰ ਜਿਹੜਾ ਮੰਦੇ ਖਿਆਲਾਂ ਦੇ ਵਿੱਚ, ਭੈੜੇ ਖਿਆਲਾਂ ਦੇ ਵਿੱਚ, ਗੁਰੂ ਦੀ ਹਜ਼ੂਰੀ ਵਿੱਚ ਬਹਾਦਰ ਸ਼ਾਹ ਨਹੀਂ ਸੀ ਟਲਿਆ। ਜਦੋਂ ਉਧਰੋਂ ਭਾਈ ਜਵਾਹਰ ਸਿੰਘ ਦੀ ਬੱਚੀ ਜਿਹੜੀ ਹੈ ਇਹਨੂੰ ਦੂਰੋਂ ਆਉਂਦਿਆਂ ਬਹਾਦਰ ਸ਼ਾਹ ਨੇ ਬੈਠਿਆਂ ਵੇਖਿਆ, ਗੁਰੂ ਕਲਗੀਧਰ ਮਹਾਰਾਜ ਨੇ ਐਸੀ ਕਲਾ ਵਰਤਾਈ ਵੀ ਕੀ ਵੇਖਦਾ ਏ ਵੀ ਇਹਦੇ ਦੋਵੇਂ ਪਾਸੇ ਬੱਬਰ ਸ਼ੇਰ ਨਾਲ ਤੁਰੇ ਆਉਂਦੇ ਹਨ। ਬਹਾਦਰ ਸ਼ਾਹ ਵੇਖ ਰਿਹਾ ਏ ਵੀ ਉਹ ਜਿਹੜੀ ਬੱਚੀ ਆ ਰਹੀ ਹੈ, ਸਿੱਖ ਦੀ ਧੀ ਆ ਰਹੀ ਹੈ ਤੇ ਇਹਦੇ ਨਾਲ ਦੋ ਬੱਬਰ ਸ਼ੇਰ ਆ ਤੇ ਉਹਨਾਂ ਨੂੰ ਕੰਨਾਂ ਤੋਂ ਫੜ ਕੇ ਮੇਰੇ ਵੱਲ ਨੂੰ ਵੱਧ ਰਹੀ ਹੈ। ਵੇਖਦਿਆਂ ਸਾਰੀ ਬਹਾਦਰ ਸ਼ਾਹ ਦੀਆਂ ਲੱਤਾਂ ਕੰਬਣ ਲੱਗ ਪਈਆਂ, ਹੁਣ ਭਾਰ ਨਹੀਂ ਚੱਲਦੀਆਂ। ਸਤ ਸੰਗਤ ਜੀ, ਕਈ ਵਾਰ ਕੁਝ ਸਾਖੀਆਂ ਸਮਝਣ ਵਾਸਤੇ ਔਖੀਆਂ ਹੋ ਜਾਂਦੀਆਂ ਨੇ ਵੀ ਕੋਈ ਆਖੇ ਵੀ ਮਹਾਰਾਜ ਨੇ ਕਿਉਂ ਭੇਜਿਆ। ਸਤਿਗੁਰੂ ਸਾਹਿਬ ਜੀ ਨੇ ਉਹਦੇ ਹੱਥ ਜੜਾਉਣੇ ਸੀ, ਉਹਦੇ ਅੱਗੇ ਸਿਰ ਨਵਾਉਣਾ ਸੀ ਵੀ ਜਿਸ ਸਾਡੀ ਬੱਚੀ 'ਤੇ ਤੂੰ ਮੰਦਾ ਖਿਆਲ ਰੱਖਿਆ, ਉਹ ਕਹਿਣ ਤੋਂ ਭਾਵ ਮਹਾਰਾਜ ਦਾ ਇਹ ਸੀ ਵੀ ਉਹਦੇ ਅੱਗੇ ਤੂੰ ਆਪ ਹੱਥ ਜੋੜੇਗਾ। ਇਹੋ ਜਿਹੇ ਦੁਨੀਆਂ ਦੇ ਹਾਲਾਤ ਹੀ ਇਹ ਬਿਆਨ ਕੀਤੇ ਨੇ ਸਾਖੀ ਵਿੱਚ। ਜਦੋਂ ਸਿੱਖ ਬੱਚੀ ਭਾਈ ਜਵਾਹਰ ਸਿੰਘ ਦੀ ਬਹਾਦਰ ਸ਼ਾਹ ਵੱਲ ਗਈ ਹੈ, ਇੱਕ ਨਾਲ ਸਿੰਘ ਹੈ ਅਤੇ ਇੱਕ ਪਾਸੇ ਜਿਹੜਾ ਨਾਲ ਉਹ ਫੌਜ ਦਾ ਸਿਪਾਹੀ ਹੈ, ਹੈਗੇ ਤਾਂ ਦੋ ਨੇ ਪਰ ਬਹਾਦਰ ਸ਼ਾਹ ਨੂੰ ਇੱਦਾਂ ਦਿਖਿਆ ਵੀ ਜਿਵੇਂ ਬੱਬਰ ਸ਼ੇਰ ਤੁਰੇ ਹੁੰਦੇ ਹੁਣ ਨਾਲ, ਅਤੇ ਉਹਨਾਂ ਨੂੰ ਕੰਨਾਂ ਤੋਂ ਫੜ ਕੇ ਉਹ ਸਿੱਖ ਬੱਚੀ ਲੈ ਕੇ ਆ ਰਹੀ ਹੈ, ਵੇਖ ਕੇ ਡਰ ਗਿਆ। ਕਹਿਣ ਲੱਗਾ ਵੀ ਇਹ ਜਿਹੜੀ ਇਸਤਰੀ ਹੈ ਤਾਂ ਬੜੀ ਜ਼ਾਲਮ ਹੈ, ਇਹਨੇ ਤਾਂ ਬੱਬਰ ਸ਼ੇਰਾਂ ਨੂੰ ਵੀ ਕੰਨਾਂ ਤੋਂ ਫੜਿਆ ਹੋਇਆ ਏ। ਇੱਦਾਂ ਨਾ ਹੋਵੇ ਵੀ ਜੇ ਕਦੇ ਮੇਰੇ ਨੇੜੇ ਆ ਗਈ ਤੇ ਇਹਨਾਂ ਸ਼ੇਰਾਂ ਦੇ ਕੋਲੋਂ ਮੈਨੂੰ ਮਰਵਾ ਹੀ ਦੇਵੇ ਜਿਹੜੀ ਬੱਬਰ ਸ਼ੇਰਾਂ ਤੋਂ ਨਹੀਂ ਡਰੀ। ਜਿਵੇਂ ਜਿਵੇਂ ਬਹਾਦਰ ਸ਼ਾਹ ਵੇਖ ਰਿਹਾ ਹੈ ਵੀ ਉਹ ਸਿੱਖ ਬੱਚੀ ਨੇੜੇ ਆ ਰਹੀ ਹੈ, ਤਿਵੇਂ ਤਿਵੇਂ ਇਹਦੀਆਂ ਲੱਤਾਂ ਕੰਬਦੀਆਂ ਨੇ ਤੇ ਇਹ ਆਪਣੇ ਬੰਦਿਆਂ ਨੂੰ ਇਸ਼ਾਰੇ ਕਰਨ ਲੱਗ ਪਿਆ ਵੀ ਜਾਓ ਵੀ ਉਹਨੂੰ ਪਿਛਾਂਹ ਮੋੜੋ, ਉਸ ਨੂੰ ਪਿੱਛੇ ਮੋੜੋ। ਆਪਣੇ ਹੱਥ ਦੇ ਨਾਲ ਬਹਾਦਰ ਸ਼ਾਹ ਨੇ ਜਦੋਂ ਇਸ਼ਾਰਾ ਕੀਤਾ, ਆਪਣੇ ਨਾਲ ਜਿਹੜੇ ਹੋਰ ਕੋਈ ਫੌਜੀ ਸਿਪਾਹੀ ਖਲੋਤੇ ਸੀ ਵੀ ਛੇਤੀ ਜਾ ਕੇ ਉਹ ਜਿਹੜੀ ਲੜਕੀ ਤੁਰੀ ਆ ਰਹੀ ਹੈ ਉਹਨੂੰ ਪਿਛਾਂਹ ਮੋੜ ਦਿਓ, ਮੇਰੇ ਲਾਗੇ ਨਾ ਆਉਣ ਦਿਓ, ਨਹੀਂ ਤੇ ਮਾਰ ਦੂਗੀ ਮੈਨੂੰ, ਕਿਉਂਕਿ ਮੈਂ ਤਾਂ ਜਾਣਿਆ ਵੀ ਇਹ ਬੜੀ ਦੀਰਘ ਬੜੀ ਭਿਆਨਕ ਹੈ ਜਿਹੜੀ ਬੱਬਰ ਸ਼ੇਰਾਂ ਨੂੰ ਕੰਨਾਂ ਤੋਂ ਫੜਦੀ ਹੈ,
ਇਹ ਕਿੱਡੀ ਬਲਵਲਾਈ ਹੋਵੇਗੀ, ਮੇਰਾ ਇਹਨੇ ਕੀ ਅਸਰ ਕਰਨਾ, ਐਵੇਂ ਬਹਾਦਰ ਸ਼ਾਹ ਡਰਦਾ ਸਿਪਾਹੀਆਂ ਨੂੰ ਕਹਿੰਦਾ ਵੀ ਇਹਨੂੰ ਵਾਪਸ ਮੋੜੋ। ਇੱਧਰ ਬਹਾਦਰ ਸ਼ਾਹ ਦਾ ਡਰਦਾ ਹੋਇਆ ਇਹ ਵੇਖ ਕੇ ਵੀ ਬੱਬਰ ਸ਼ੇਰ ਨੇ, ਤੇ ਡਰੀ ਜਾਂਦਾ ਤੇ ਹੱਥ ਮਾਰੀ ਜਾਂਦਾ ਵੀ ਜਾ ਪਿਛਾਹ ਮੁੜ ਜਾ, ਪਿਛਾਹ ਮੁੜ ਜਾ, ਵੀ ਮੈਨੂੰ ਨੀ ਤੇਰੀ ਲੋੜ, ਮੈਂ ਨੀ ਬੁਲਾਉਣਾ ਤੈਨੂੰ ਬੇਗਮ। ਤੇ ਇੱਧਰ ਜਿਹੜਾ ਨਾਲ ਸਿੰਘ ਤੇ ਨਾਲ ਜਿਹੜਾ ਸਿਪਾਹੀ ਤੁਰਿਆ ਆ ਰਿਹਾ ਸੀ ਨਾ, ਜਦੋਂ ਉਹਨਾਂ ਨੇ ਵੇਖਿਆ, ਉਹਨਾਂ ਨੇ ਸ਼ਾਹ ਦਾ ਇਸ਼ਾਰਾ ਇਹ ਜਾਣਿਆ ਵੀ ਬਹਾਦਰ ਸ਼ਾਹ ਕਹਿੰਦਾ ਵੀ ਇਹਨੂੰ ਵਾਪਸ ਛੱਡ ਆਓ। ਉਸੇ ਵੇਲੇ ਇਹ ਵਾਪਸ ਲੈ ਕੇ ਵਾਪਸ ਗੁਰੂ ਕਲਗੀਧਰ ਸਾਹਿਬ ਵੱਲ ਨੂੰ ਮੁੜ ਆਏ ਤੇ ਬੜੀ ਛੇਤੀ ਦੇ ਨਾਲ ਜਿੱਥੇ ਗੁਰੂ ਗੋਬਿੰਦ ਸਿੰਘ ਬਾਗ ਵਿੱਚ ਸੁਭਾਏ ਮਾਨ ਸਨ, ਉਹ ਜਵਾਹਰ ਸਿੰਘ ਦੀ ਧੀ ਉੱਥੇ ਪਹੁੰਚ ਗਈ। ਬੜੀ ਮਹਾਰਾਜ ਸਾਹਿਬ ਦੀ ਪ੍ਰਸ਼ੰਸਾ ਕੀਤੀ, ਦੌੜ ਕੇ ਕਲਗੀਧਰ ਮਹਾਰਾਜ ਦੇ ਚਰਨੀ ਪੈ ਗਈ, ਧੰਨ ਹੋ ਗੁਰੂ ਕਲਗੀਧਰ ਮਹਾਰਾਜ, ਤੁਸੀਂ ਧੰਨ ਹੋ ਮਹਾਰਾਜ, ਵੱਡੇ ਪਾਪੀ ਦੇ ਕੋਲੋਂ ਆਪ ਹੀ ਮੇਰੀ ਰੱਖਿਆ ਕੀਤੀ, ਆਪ ਹੀ ਤੁਸੀਂ ਮੈਨੂੰ ਆਪਣੀ ਧੀ ਜਾਣ ਕੇ ਬਚਾਇਆ ਏ। ਇਹ ਤਾਂ ਮਹਾਰਾਜ ਦੇ ਕੋਲੋਂ ਆਗਿਆ ਲੈ ਕੇ ਆਪਣੇ ਘਰੇ ਗਈ। ਪਹਿਲਾਂ ਡਰਦੇ ਸੀ ਮਹਾਰਾਜ ਬਾਦਸ਼ਾਹ ਸਾਡੇ ਨਾਲ ਤੁਹਾਡੇ ਮਗਰੋਂ ਕੁਝ ਹਰਕਤ ਨਾ ਕਰੇ, ਸਾਹਿਬਾਂ ਨੇ ਕੌਤਕ ਕਰਕੇ ਤੇ ਬਾਦਸ਼ਾਹ ਦੇ ਹੱਥ ਜੁੜਾ ਤੇ, ਤੇ ਨਾਲ ਹੀ ਸਤਿਗੁਰਾਂ ਨੇ ਬਹਾਦਰ ਸ਼ਾਹ ਨੂੰ ਕਿਹਾ ਸੀ ਤੂੰ ਬਾਦਸ਼ਾਹ ਹੈ, ਤੇ ਜਿਹੜਾ ਬਾਦਸ਼ਾਹ ਹੁੰਦਾ ਏ ਉਹਨੂੰ ਆਪਣੇ ਧਰਮ ਵਿੱਚ ਕਾਇਮ ਰਹਿਣਾ ਚਾਹੀਦਾ ਏ, ਤੇਰੀ ਕਚਹਿਰੀ ਦੇ ਵਿੱਚ ਆਪਣੀ ਫਰਿਆਦ ਵਾਸਤੇ ਕਹਿੰਦੇ ਵੀ ਬਜ਼ੁਰਗਾਂ ਵੀ ਆਉਣਾ ਏ, ਜੋ ਬੱਚਿਆਂ ਵੀ ਆਉਣਾ ਹੈ, ਬੁੜਿਆਂ ਵੀ ਆਉਣਾ ਹੈ, ਜਿੱਥੇ ਬੰਦਿਆਂ ਨੇ ਆਉਣਾ ਹੈ ਬਾਦਸ਼ਾਹ ਦੇ ਕੋਲ ਤਾਂ ਪੁਕਾਰ ਕਰਨ ਦੇ ਵਾਸਤੇ, ਔਰਤਾਂ ਵੀ ਆਉਣਾ ਹੈ, ਉਹਨਾਂ 'ਚ ਸਿਆਣੀ ਉਮਰ ਦੀਆਂ ਵੀ ਆਉਣਗੀਆਂ, ਬੱਚੀਆਂ ਵੀ ਆਉਣਗੀਆਂ, ਨੌਜਵਾਨ ਵੀ ਆਉਣਗੀਆਂ, ਅਤੇ ਜਿਹੜਾ ਬਾਦਸ਼ਾਹ ਦਾ ਧਰਮ ਹੈ ਉਹ ਧਰਮ ਉਹਨਾਂ ਦੀ ਰੱਖਿਆ ਕਰਨਾ ਹੈ, ਨਾ ਕਿ ਆਪਣੀ ਪ੍ਰਜਾ ਦੇ ਭੈੜੀ ਨਿਗਾਹ ਕਰਨਾ। ਬੜਾ ਸ਼ਰਮਿੰਦਾ ਹੋਇਆ, ਹੱਥ ਹੀ ਜੁੜ ਕੇ ਕਹਿੰਦਾ ਮਹਾਰਾਜ ਬਖਸ਼ ਲਓ। ਇਵੇਂ ਕੌਤਕ ਕਰਕੇ ਸਤਿਗੁਰੂ ਸਾਹਿਬ ਜੀ ਨੇ ਬਹਾਦਰ ਸ਼ਾਹ ਨੂੰ ਵੀ ਸਮੱਤ ਬਖਸ਼ੀ ਤੇ ਸਿੱਖ ਬੱਚੀ ਦਾ ਧਰਮ ਮਹਾਰਾਜ ਜੀ ਨੇ ਬਚਾਇਆ। ਹੁਣ ਜਿੱਥੇ ਵੀ ਜਾਂਦੀ ਹੈ ਗੁਰੂ ਦੇ ਹੀ ਗੁਣ ਗਾਉਂਦੀ ਹੈ ਵੀ ਕਲਗੀਧਰ ਮਹਾਰਾਜ ਜੀ ਦੇ ਵੱਲ ਹੋ ਜਾਣ, ਜਿਹੜਾ ਆਪਣੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਬਣਾ ਲਏ ਧਰਮ ਦਾ ਪਿਤਾ, ਜਿਹੜਾ ਅੰਮ੍ਰਿਤਧਾਰੀ ਹੋ ਕੇ ਕਲਗੀਆਂ ਵਾਲਾ ਬਣ ਜਾਵੇ, ਮਹਾਰਾਜ ਉਹਦੇ ਰਖਵਾਲੇ ਹੁੰਦੇ ਨੇ। ਇਹ ਤਾਂ ਇੱਧਰ ਮਹਾਰਾਜ ਸੋਹਣੇ ਬਾਗ ਦੇ ਵਿੱਚ ਆਗਰੇ ਦੇ ਵਿੱਚ ਬਿਰਾਜਮਾਨ ਹਨ, ਆਨੰਦ ਦੇ ਸਹਿਤ ਅਨੇਕਾਂ ਮਹਾਰਾਜ ਕੌਤਕ ਕਰ ਰਹੇ ਨੇ, ਤੇ ਇੱਥੇ ਚੁਮਾਸਾ ਮਹਾਰਾਜ ਜੀ ਨੇ ਆਗਰੇ ਜਿਵੇਂ ਬਤੀਤ ਕਰਦੇ ਆ ਹੋਰ ਵੀ ਕੌਤਕ ਕੀਤੇ ਨੇ। ਇਹ ਪ੍ਰਸੰਗ ਆਪਾਂ ਵਾਲੇ ਸਮੇਂ ਸਰਵਣ ਕਰਾਂਗੇ। ਭਾਈ ਜੋਗਾ ਸਿੰਘ ਵੀ ਡੋਲ ਗਿਆ ਸੀ, ਮਹਾਰਾਜ ਨੇ ਪਹਿਰੇਦਾਰ ਵਰ ਕੇ ਰੱਖਿਆ ਕੀਤੀ। ਭਾਈ ਧਰਮ ਸਿੰਘ ਨੇ ਕਿਹਾ ਸੀ, ਵਾਹਿਗੁਰੂ ਭਾਈ ਦਇਆ ਸਿੰਘ ਨੇ, ਮਹਾਰਾਜ ਸਾਡੇ ਰਖਵਾਲੇ ਰਹੋ ਜਿੱਥੇ ਕਿੱਥੇ ਵੀ ਅਸੀਂ ਹੋਈਏ। ਸਾਹਿਬ ਕਹਿੰਦੇ ਮਰਿਆਦਾ 'ਚ ਪਰਪੱਕ ਰਹੋਗੇ, ਕੋਈ ਵੀ ਔਗਣ ਕੋਈ ਵਿਕਾਰ ਤੁਹਾਡਾ ਵਾਲ ਨਹੀਂ ਵਿੰਗਾ ਕਰੇਗਾ, ਅਸੀਂ ਹਰ ਸਮੇਂ ਤੁਹਾਡੇ ਸਿਰ ਦੇ ਉੱਤੇ ਰੱਖੇ ਸਹਾਈ ਬੈਠੇ ਹਾਂ, ਆਪਣੇ ਸਿੱਖਾਂ ਨੂੰ ਅਸੀਂ ਡੋਲਣ ਨਹੀਂ ਦਿੰਦੇ ਮਾੜੇ ਪਾਸੇ। ਇਵੇਂ ਗੁਰੂ ਕਲਗੀਧਰ ਮਹਾਰਾਜ ਸਾਹਿਬ ਦਾ ਪਵਿੱਤਰ ਇਤਿਹਾਸ ਕਹਿੰਦੇ ਹਾਂ, ਹੋਈਆਂ ਬੇਅੰਤ ਭੁੱਲਾਂ ਗਲਤੀਆਂ ਬਖਸ਼ ਦੇਣੀਆਂ, ਗੁਰੂ ਸਾਹਿਬ ਦੇ ਸੰਗਤ ਬਖਸ਼ਣ ਹਾਰੇ। ਗੁਰਮੈ ਮਾਗੋ ਜਹ ਕਹਿ ਗਾਈ, ਸੁੰਦਰ ਉਪਬਣ ਮੈ ਗੁਰ ਸਿਰ, ਅਨੇਕ ਬਿਲਾਸ ਆਨੰਦ ਸੋ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।